जी दोस्तों, रेडियो चैन परदेसी तुसी सुन रहे हो। चैन परदेसी रेडियो ते गगनदीप एक बार फिर तो हाजिर है प्रोग्राम लैके जिसका नाम है दीप लाइव शो। चंगे लोगों का तुहाडी जिंदगी दे विच आउणा तुहाडी किस्मत हुंदी है ते उन्हां नूं संभाल के रखना तुहाडा अपना हुनर। सो चंगे लोग बुरे लोग बहुत मिलते ने। बुरे लोग जिंदगी च सब कुछ सिखा के जाते ने। चंगे लोग ने जिहड़े तुहाडी जिंदगी दे बुरे लम्हयां नूं भी सुखाला बना दिंदे ने ते सुखाला बनन तों बाद हौली हौली लम्हे खुशियां दे विच तब्दील हो जाते ने। सो इस करके चंगे लोग जड़े हुंदे ने मुठ्ठी भर हुंदे ने। पर हां, उस मुठ्ठी भर लोग ने कि जो तुहाडी जिंदगी च आउंदे ने तां उन्हां नूं संभालना बहुत जरूरी है। जे चंगे लोगों नूं तुसीं जिंदगी च संभाल लिया तो आने वाली जिंदगी के पल सौखे सुहाने ते सोहणे जरूर हो जाएंगे। उम्मीद है तुहानूं सारयां नूं अज दा विचार चंगा लग्या होगा। प्रोग्राम दे विच अगे की खास है पौणे तुहाडे सारयां दे नाल सांझ। सो बिल्कुल जी, अज दे इस प्रोग्राम दे विच आपां विशा लैके आ गए गल्लां ते गीतां दा। सो अज गल्लां भी तुहानूं सुनावांगे, सुनांगे तुहाडे तो ते नाल गीत। गीत अज मैं नहीं सुनाने, गीत तुसीं सारयां ने सुनाने आ, खास तौर ते जिहड़े साडे कलाकार स्रोते ने जिन्हां दी आवाज़ सुनी आ, जो वधिया गा लैंदे ने, अज इस मंच ते आके गीत सुना सकदे ने। जिन्हां नूं नहीं भी गाउणा आउंदा ना, पर जी कर रहा गाना गाउण दा, ते फिर भी तुहाडे लई इह मंच, तुसीं आ सकदे हो इस मंच ते सानूं गीत सुना सकदे हो। पर नाल साडियां गल्लां भी होणगियां, जे विशे ते गल करन दा जी करे ते तुसीं गल भी कर सकदे हो। सो प्रोग्राम दे विच गल्लां बातां दी सांझ पाउण दे लई अज दा साडा विशा की होण वाला, आपां वधदे हां जी साडे अज दे विशे दे वल। ते विशा अज सानूं लैके जाऊगा विआहां दे विच, क्योंकि ਵਿਆਹਾਂ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਮਨ ਦੇ ਵਿੱਚ ਬੜੇ ਚਾਅ ਹੁੰਦੇ ਆ। ਪੁਰਾਣੇ ਸਮੇਂ ਦੇ ਤੇ ਹੁਣ ਦੇ ਵਿਆਹਾਂ ਦੇ ਵਿੱਚ ਤਾਂ ਖੈਰ ਬਹੁਤ ਸਾਰਾ ਫਰਕ ਜਿਹੜਾ ਦੇਖਣ ਨੂੰ ਮਿਲਦਾ, ਤਬਦੀਲੀਆਂ ਬਹੁਤ ਹੈਗੀਆਂ ਨੇ, ਪਰ ਫਿਰ ਵੀ ਸਾਨੂੰ ਵਿਆਹਾਂ ਦੇ ਵਿੱਚ ਜਾਣ ਵੇਲੇ ਅੱਜ ਵੀ ਚਾਅ ਚੜਿਆ ਹੁੰਦਾ। ਸੋ ਅੱਜ ਦਾ ਜਿਹੜਾ ਸਾਡਾ ਵਿਸ਼ਾ, ਉਹਨਾਂ ਨੂੰ ਧਿਆਨ ਨਾਲ ਸੁਣਿਓ। ਵਿਸ਼ਾ ਇਹ ਆ ਵੀ ਜਦੋਂ ਹੀ ਅਸੀਂ ਵਿਆਹ ਦੇ ਵਿੱਚ ਜਾਂਦੇ ਹਾਂ, ਐਂਟਰ ਕਰਦੇ ਹਾਂ ਪੈਲੇਸ ਦੇ ਵਿੱਚ, ਸਭ ਤੋਂ ਪਹਿਲਾਂ ਕਿਹੜੀ ਚੀਜ਼ ਸਾਡੇ ਦਿਮਾਗ ਦੇ ਵਿੱਚ ਹੁੰਦੀ ਹੈ, ਕਿਹੜੀ ਚੀਜ਼ ਨੂੰ ਅਸੀਂ ਵੇਖਦੇ ਹਾਂ, ਕਿਹੜੀ ਚੀਜ਼ ਨੂੰ ਅਸੀਂ ਵੇਖਣਾ ਚਾਹੁੰਦੇ ਹਾਂ? ਅੱਜ ਤੁਸੀਂ ਸਾਰਿਆਂ ਨੇ ਦੱਸਣਾ ਕਿ ਵਿਆਹ ਦੇ ਵਿੱਚ ਜਾਣ ਤੋਂ ਪਹਿਲਾਂ ਦਿਮਾਗ ਦੇ ਵਿੱਚ ਕੀ ਹੁੰਦਾ ਤੇ ਉੱਥੇ ਜਾ ਕੇ ਕਿਹੜੀ ਚੀਜ਼ ਜਿਹਦੀ ਤੁਹਾਨੂੰ ਇੱਛਾ ਹੁੰਦੀ ਹੈ ਕਿ ਪਹਿਲਿਆਂ 'ਚ ਤੁਹਾਨੂੰ ਦਿਖਦੇ। ਉਹ ਖਾਣ ਪੀਣ ਦੀ ਆਈਟਮ ਵੀ ਹੋ ਸਕਦੀ ਹੈ, ਉਹ ਤੁਹਾਡੇ ਪਸੰਦੀਦਾ ਲੁੱਕ ਵੀ ਹੋ ਸਕਦੇ ਨੇ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਮੰਚ 'ਤੇ ਅੱਜ ਆਪਾਂ ਸਾਰਿਆਂ ਨੇ ਸਾਂਝੀਆਂ ਕਰਨੀਆਂ ਨੇ। ਸੋ ਪ੍ਰੋਗਰਾਮ ਦਾ ਵਿਸ਼ਾ ਇਹੀ ਰਹੇਗਾ ਕਿ ਅੱਜ ਜਦੋਂ ਵੀ ਤੁਸੀਂ ਵਿਆਹ ਦੇ ਵਿੱਚ ਜਾਂਦੇ ਹੋ ਤੇ ਸਭ ਤੋਂ ਪਹਿਲਾਂ ਕਿਹੜੀ ਚੀਜ਼ ਦੇਖਣ ਦੀ ਮਨ ਦੇ ਵਿੱਚ ਇੱਛਾ ਹੁੰਦੀ ਹੈ। ਸੋ ਇਸ ਵਿਸ਼ੇ ਤੇ ਤੁਸੀਂ ਆਪਣੇ ਜਵਾਬ ਜਿਹੜੇ ਮੈਨੂੰ ਵਟਸਐਪ ਦੇ ਰਾਹੀਂ ਵੀ ਭੇਜ ਸਕਦੇ ਹੋ, ਕਾਲ ਕਰਕੇ ਵੀ ਦੱਸ ਸਕਦੇ ਹੋ ਕਿ ਕਿਹੜੇ ਵਿਆਹ ਦੇ ਵਿੱਚ ਤੁਸੀਂ ਗਏ, ਜਿੱਥੇ ਤੁਸੀਂ ਮਨ ਦੇ ਵਿੱਚ ਜੋ ਸੋਚਿਆ ਤੁਹਾਨੂੰ ਉਹ ਮਿਲ ਗਿਆ, ਕੋਈ ਤੁਹਾਡਾ ਆਪਣਾ ਪਿਆਰਾ ਮਿਲ ਗਿਆ, ਕੋਈ ਖਾਣ ਦੀ ਚੀਜ਼ ਮਿਲ ਗਈ, ਕੋਈ ਸੋਹਣੇ ਕੱਪੜੇ ਲੀੜੇ ਦੇਖਣ ਨੂੰ ਮਿਲ ਗਏ ਜਿਹੜੇ ਤੁਹਾਡੀ ਚੋਇਸ ਦੇ ਨੇ। ਸੋ ਖਾਸ ਤੌਰ ਤੇ ਜੇ ਭੈਣਾਂ ਦੀ ਗੱਲ ਕਰੀਏ ਤੇ ਸੂਟ ਤਾਂ ਬੜੇ ਚੰਗੇ ਲੱਗਦੇ ਨੇ। ਸੋ ਅੱਜ ਵਿਆਹਾਂ ਦੇ ਨਾਲ ਜੁੜੀਆਂ ਇਹੀ ਗੱਲਾਂ ਰਹਿਣਗੀਆਂ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਆਉਣਾ ਕਿਵੇਂ ਆ, ਫੋਨ ਨੰਬਰ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਹੜੇ ਵੀ ਸਾਡੇ ਵਿਦੇਸ਼ਾਂ ਤੋਂ ਸਰੋਤੇ ਇਸ ਮੰਚ ਤੇ ਆਉਣਗੇ, ਕਾਲ ਦੇ ਜ਼ਰੀਏ ਸਾਂਝ ਬਣਾਉਣਗੇ, ਉਨ੍ਹਾਂ ਨੇ +91 ਅੱਗੇ ਜ਼ਰੂਰ ਲਗਾ ਲੈਣਾ, ਕਿਉਂਕਿ +91 ਤੋਂ ਬਿਨਾਂ ਤੁਹਾਡੀ ਕਾਲ ਇਸ ਪ੍ਰੋਗਰਾਮ 'ਚ ਨਹੀਂ ਪਹੁੰਚਣੀ ਹੈ। ਸੋ 762-6-98-3-91 ਭਾਰਤੀ ਸਟੂਡੀਓ ਦਾ ਨੰਬਰ ਹੈ, ਜਿਸ ਨੂੰ ਡਾਇਲ ਕਰਕੇ ਤੁਸੀਂ ਇਸ ਮੰਚ ਤੇ ਪਹੁੰਚ ਸਕਦੇ ਹੋ। ਨੰਬਰ ਮੈਂ ਫਿਰ ਰਿਪੀਟ ਕਰ ਦਿੰਦੀ ਹਾਂ, +91 ਲਗਾ ਕੇ 762-6-98-33-91 ਭਾਰਤੀ ਸਟੂਡੀਓ ਦਾ ਨੰਬਰ ਜਿਹੜਾ ਤੁਹਾਨੂੰ ਇਸ ਮੰਚ ਤੇ ਲਿਆਊਗਾ। ਜਦੋਂ ਵੀ ਤੁਸੀਂ ਡਾਇਲ ਕਰੋਗੇ ਤੇ ਇਸ ਵੇਲੇ ਬਹੁਤ ਸਾਰੇ ਸਾਡੇ ਸਰੋਤੇ ਜੋ ਕਾਲ ਦੇ ਜ਼ਰੀਏ ਵੀ ਸਾਡੇ ਨਾਲ ਜੁੜੇ ਹੋਏ ਨੇ ਤੇ ਮੈਸੇਜਸ ਦੇ ਜ਼ਰੀਏ ਵੀ, ਜਿਨ੍ਹਾਂ ਦੀ ਸਾਂਝ ਇਸ ਮੰਚ ਤੇ ਬਣ ਗਈ ਹੈ। ਸਭ ਤੋਂ ਪਹਿਲਾਂ ਮੈਸੇਜ ਦੇ ਜ਼ਰੀਏ ਜੁੜੇ ਸਾਰੇ ਸਰੋਤੇ, ਉਨ੍ਹਾਂ ਦੀ ਹਾਜ਼ਰੀ ਲਗਵਾ ਦਈਏ, ਕਿਉਂਕਿ ਜਦੋਂ ਪ੍ਰੋਗਰਾਮ ਅੱਗੇ ਨੂੰ ਤੁਰ ਪੈਂਦਾ ਨਾ ਤੇ ਫਿਰ ਬਹੁਤ ਸਾਰੇ ਮੈਸੇਜਸ ਰਹਿ ਜਾਂਦੇ ਨੇ। ਕੋਸ਼ਿਸ਼ ਕਰਾਂਗੇ ਕਿ ਸ਼ੁਰੂ ਦੇ ਵਿੱਚ ਪਹੁੰਚੇ ਸਾਰੇ ਮੈਸੇਜ ਤੁਹਾਡੇ ਨਾਲ ਜ਼ਰੂਰ ਸਾਂਝੇ ਕਰੀਏ। ਸਭ ਤੋਂ ਪਹਿਲਾਂ ਇਸ ਵੇਲੇ ਸਕਰੀਨ ਦੇ ਉਪਰ ਮੈਨੂੰ ਜਿਹੜਾ ਸੁਨੇਹਾ ਦਿਖ ਰਿਹਾ ਜੀ, ਸਾਬਿਰ ਅਲੀ ਜੀ ਦਾ, ਪਾਕਿਸਤਾਨ ਤੋਂ ਸਾਡੇ ਨਾਲ ਜੁੜ ਗਏ ਨੇ। ਗਗਨ ਜੀ ਵੈਲਕਮ, ਖੂਬਸੂਰਤ ਬਾਤੇ। ਸੋ ਬਿਲਕੁਲ ਜੀ, ਅੱਜ ਖੂਬਸੂਰਤ ਵਿਆਹਾਂ ਦੇ ਨਾਲ ਜੁੜੀਆਂ ਸੋਹਣੀਆਂ ਜਿਹੀਆਂ ਗੱਲਾਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਘੰਟਾ ਰਹਿਣਗੀਆਂ। ਤੇ ਸਾਬਿਰ ਜੀ, ਤੁਸੀਂ ਵੀ ਦੱਸ ਸਕਦੇ ਹੋ ਕਿ ਪਾਕਿਸਤਾਨ ਦੇ ਵਿਆਹਾਂ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਤੇ ਦਿਮਾਗ ਦੇ ਵਿੱਚ, ਜ਼ਹਿਨ ਦੇ ਵਿੱਚ ਪਹਿਲਾਂ ਕਿਹੜੀ ਚੀਜ਼ ਹੁੰਦੀ ਹੈ ਵੀ ਸਾਨੂੰ ਵਿਆਹ ਦੇ ਵਿੱਚ ਜਾਂਦਿਆਂ ਨੂੰ ਵੇਖਣ ਨੂੰ ਮਿਲ ਜੇ, ਖਾਣ ਨੂੰ ਮਿਲ ਜੇ ਤੇ ਆਪਣੇ ਭੈਣ ਭਰਾ ਮਿਲ ਜਾਣ? ਸੋ ਕਿਹੜੀ ਵੀ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਹੁੰਦੀ ਹੈ ਅੱਜ ਤੁਸੀਂ ਇਸ ਮੰਚ ਤੇ ਆ ਕੇ ਦੱਸ ਸਕਦੇ ਹੋ। ਬਲਵੀਰ ਸੈਣੀ ਜੀ ਚੰਡੀਗੜ੍ਹ ਤੋਂ ਜੁੜ ਗਏ ਨੇ। ਗਗਨ ਜੀ ਸਤਿ ਸ੍ਰੀ ਅਕਾਲ, ਬਲਵੀਰ ਸਿੰਘ ਸੈਣੀ ਚੰਡੀਗੜ੍ਹ ਤੋਂ, ਸੁਸਵਾਗਤ। ਤੇ ਲੋ ਸੁਖਜੀਤ ਜੀ ਜਿਹੜੇ ਆ, ਉਹਨਾਂ ਨੇ ਤੇ ਦੱਸ ਵੀ ਦਿੱਤਾ ਜੀ। ਸੁਖਜੀਤ ਜੀ ਫਰੀਦਕੋਟ ਤੋਂ ਸਾਡੇ ਨਾਲ ਜੁੜੇ ਨੇ। ਗਗਨ ਜੀ ਸਤਿ ਸ੍ਰੀ ਅਕਾਲ। ਤੇ ਗਾਣਾ ਤਾਂ ਅੱਜ ਮੈਂ ਨਹੀਂ ਸੁਣਾਉਣਾ, ਤੁਸੀਂ ਸੁਣਾਉਣਾ। ਜਿਹੜੇ ਵੀ ਸਾਡੇ ਸਰੋਤੇ ਗਾਣਾ ਗਾਉਣ ਦੇ ਸ਼ੌਕੀਨ ਨੇ ਨਾ, ਉਹ ਅੱਜ ਇਸ ਮੰਚ ਤੇ ਆ ਕੇ ਸਾਨੂੰ ਗਾਣੇ ਸੁਣਾ ਸਕਦੇ ਨੇ। ਸੋ ਗੱਲਾਂ ਤੇ ਗੀਤ ਆਪਾਂ ਇਸੇ ਕਰਕੇ ਰੱਖਿਆ, ਗੀਤ ਵੀ ਤੁਹਾਡੇ, ਗੱਲਾਂ ਵੀ ਆਪਣੀਆਂ ਸਾਰਿਆਂ ਦੀਆਂ। ਤੇ ਨਾਲ ਸੁਖਜੀਤ ਜੀ ਕਹਿ ਰਹੇ ਕਿ ਵੀ ਮੈਂ ਤਾਂ ਜਦੋਂ ਵਿਆਹ 'ਚ ਜਾਂਦਾ ਪਹਿਲੀ ਨਾ ਪਨੀਰ ਦੇ ਪਕੌੜਿਆਂ ਤੇ ਨਿਗਾਹ ਹੁੰਦੀ ਹੈ। ਸੋ ਗੱਲ ਤੇ ਤੁਹਾਡੀ ਸਹੀ ਹੈ, ਮੈਨੂੰ ਲੱਗਦਾ ਪਨੀਰ ਦੇ ਪਕੌੜੇ ਤਾਂ ਸਾਰਿਆਂ ਦੇ ਫੇਵਰੇਟ ਨੇ। ਤੇ ਲੋ ਮਨਪ੍ਰੀਤ ਕੌਰ ਜੀ ਪਿੰਡ ਵਾਂਦਰ ਤੋਂ ਪਹੁੰਚ ਗਏ ਨੇ। ਗੁੱਡ ਈਵਨਿੰਗ ਡੀਅਰ ਫਰੈਂਡ, ਹੈਵ ਅ ਨਾਈਸ ਡੇ ਐਂਡ ਨਾਈਸ ਗੁੱਡ ਈਵਨਿੰਗ।
ਤੇ ਮਨਪ੍ਰੀਤ ਕੌਰ ਪਿੰਡ ਬਾਂਦਰ ਤੋਂ ਇੱਕ ਰਚਨਾ ਪਹੁੰਚ ਗਈ ਜੀ। ਕਹਿੰਦੇ ਆ ਕਹਿੰਦੇ ਕੁੜੀ ਨੂੰ ਸਹੁਰੇ ਘਰੇ ਉਸਦੀ ਮਾਂ ਚੁੱਕਦੀ ਹੈ। ਮੈਂ ਕਹਿੰਦਾ ਹਾਂ, ਮੈਂ ਕਹਿੰਦਾ ਮਾਂ ਕਿਉਂ ਨਾ ਚੁੱਕੇ ਆਪਣੀ ਧੀ ਨੂੰ, ਕਿ ਉਸਨੇ ਆਪਣੀ ਧੀ ਨੂੰ ਤੁਹਾਡੇ ਘਰ ਭੁੱਖੀ ਰੱਖਣ ਨੂੰ ਵਿਆਹਿਆ, ਕਿ ਉਸਨੇ ਆਪਣੀ ਧੀ ਨੂੰ ਇੱਕ ਦੋ ਸੂਟਾਂ ਦੇ ਵਿੱਚ ਹੀ ਜ਼ਿੰਦਗੀ ਕੱਟਣ ਦੇ ਲਈ ਵਿਆਹਿਆ, ਕਿ ਉਸਨੇ ਤੁਹਾਡੀਆਂ ਗਲਤੀਆਂ ਦੇ ਪਰਦੇ ਪਾਉਣ ਦੇ ਲਈ ਵਿਆਹਿਆ, ਕਿ ਉਸਨੇ ਆਪਣੀ ਧੀ ਨੂੰ ਤੁਹਾਡੇ ਘਰ ਦੁੱਖ ਦੇਣ ਦੇ ਲਈ ਵਿਆਹਿਆ? ਕਿਹੜੀ ਮਾਂ ਨਹੀਂ ਚਾਹੁੰਦੀ ਉਸਦੀ ਧੀ ਖੁਸ਼ ਰਹੇ? ਵਾਹ ਕਿਆ ਬਾਤ ਹੈ, ਬਹੁਤ ਸੋਹਣੇ ਵਿਚਾਰ ਮਨਪ੍ਰੀਤ ਜੀ। ਸੋ ਬਿਲਕੁਲ ਜੀ, ਵਿਆਹ ਇੱਕ ਅਜਿਹਾ ਬੰਧਨ ਹੈ ਜਿਹਦੇ ਵਿੱਚ ਦੋ ਇਨਸਾਨ ਬੰਨਦੇ ਨੇ, ਪਰ ਨਾਲ ਹੀ ਰਿਸ਼ਤੇ ਜਿਹੜੇ ਆ ਬਹੁਤ ਸਾਰੇ ਜੁੜਦੇ ਨੇ ਆਪਸ ਦੇ ਵਿੱਚ। ਜੇ ਰਿਸ਼ਤਾ ਚੰਗਾ ਨਿਭਦਾ ਤੇ ਸਾਰੇ ਰਿਸ਼ਤਿਆਂ ਦੇ ਵਿੱਚ ਖੁਸ਼ੀਆਂ ਦਾ ਵਸਾਰਾ ਹੁੰਦਾ, ਪਰ ਜੇ ਰਿਸ਼ਤਾ ਨਾ ਨਿਭੇ ਤੇ ਫਿਰ ਦੁੱਖਾਂ ਦਾ ਪਹਾੜ ਵੀ ਸਾਰੇ ਰਿਸ਼ਤਿਆਂ ਦੇ ਟੁੱਟਦਾ। ਖੁਸ਼ਵੰਤ ਚਾਹਲ ਜੀ ਸਾਡੇ ਨਾਲ ਜੁੜ ਗਏ ਨੇ ਜੀ, ਤੇ ਖੁਸ਼ਵੰਤ ਚਾਹਲ ਜੀ ਜੁੜੇ ਨੇ ਕੈਲਗਿਰੀ ਤੋਂ ਪ੍ਰੋਗਰਾਮ ਦੇ ਨਾਲ। ਸਤਿ ਸ੍ਰੀ ਅਕਾਲ ਖੁਸ਼ਵੰਤ ਚਾਹਲ ਜੀ ਵੱਲੋਂ ਪਹੁੰਚ ਗਿਆ। ਜਸਵਿੰਦਰ ਜੀ ਵਿਨੀਪੈਗ ਤੋਂ ਪਹੁੰਚ ਗਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਨਾਲ ਨਾਲ ਕਹਿ ਰਿਹਾ ਕਿ ਸਾਬਰ ਅਲੀ ਜੀ ਨੂੰ ਵਿਆਹ ਦੀ ਐਨੀਵਰਸਰੀ ਦੀ ਵਧਾਈ। ਕਿਆ ਬਾਤ ਹੈ ਜਸਵਿੰਦਰ ਜੀ, ਅੱਜ ਸਾਬਰ ਅਲੀ ਜੀ ਦੇ ਵਿਆਹ ਦੀ ਐਨੀਵਰਸਰੀ ਹੈ? ਖੈਰ ਸਾਨੂੰ ਤੇ ਪਤਾ ਨੀ, ਪਰ ਜੇ ਹੈਗੀ ਹੈ ਤਾਂ ਬਿਲਕੁਲ ਸਾਬਰ ਅਲੀ ਜੀ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵਿਆਹ ਦੀ ਵਰੀ ਗੰਢ ਦੀਆਂ। ਇੰਦਰਜੀਤ ਜੀ ਥਾਈਲੈਂਡ ਬੈਂਕਾਕ ਤੋਂ ਪ੍ਰੋਗਰਾਮ ਦੇ ਨਾਲ ਜੁੜ ਗਏ ਨੇ, ਸਤਿ ਸ੍ਰੀ ਅਕਾਲ ਪਹੁੰਚ ਗਈ ਹੈ। ਔਰ ਦਵਿੰਦਰਦੀਪ ਭੁੰਦੜ ਜੀ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਗਏ ਨੇ, ਔਰ ਦਵਿੰਦਰਦੀਪ ਭੁੰਦੜ ਜੀ ਕੱਲ ਵਾਲੇ ਪ੍ਰੋਗਰਾਮ ਦਾ ਲਿੰਕ ਕਹਿ ਰਹੇ ਆ। ਸੋ ਬਿਲਕੁਲ ਅੱਜ ਪ੍ਰੋਗਰਾਮ ਖਤਮ ਹੁੰਦੇ ਸਾਰ ਤੁਹਾਨੂੰ ਕੱਲ ਦੇ ਪ੍ਰੋਗਰਾਮ ਦਾ ਲਿੰਕ ਮਿਲ ਜਾਏਗਾ। ਜਰਨੈਲ ਜੀ ਦੁਬਈ ਤੇ ਇਸ ਮੰਚ ਤੇ ਸਾਡੇ ਨਾਲ ਜੁੜ ਗਏ ਨੇ, ਬਹੁਤ ਪਿਆਰੇ ਸਟਿੱਕਰ ਜਿਨ੍ਹਾਂ ਵੱਲੋਂ ਪਹੁੰਚ ਗਏ ਨੇ। ਦਵਿੰਦਰ ਕੌਰ ਧਾਲੀਵਾਲ ਜੀ ਹਮੇਸ਼ਾ ਦੀ ਤਰ੍ਹਾਂ ਅਮਰੀਕਾ ਦੀ ਧਰਤੀ ਤੋਂ, ਹੈਲੋ ਸਵੀਟ ਹਾਰਟ, ਹਾਊ ਆਰ ਯੂ ਸਵੀਟ ਹਾਰਟ, ਔਰ ਨਾਲ ਕਹਿ ਰਹੇ ਲਿਸਨ ਯੂਅਰ ਪ੍ਰੋਗਰਾਮ, ਥੈਂਕ ਯੂ ਸਵੀਟੀ। ਸੋ ਬਿਲਕੁਲ ਜੀ ਧਾਲੀਵਾਲ ਮੈਮ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ, ਸੋ ਸ਼ੁਕਰੀਆ। ਭੀਮ ਸੈਨ ਜੀ ਬਠਿੰਡਾ ਤੋਂ, ਰਾਜ ਰਾਣੀ ਅਨਿਕੇਤ ਤੇ ਇਨ੍ਹਾਂ ਦੀ ਨੰਨੀ ਮੁੰਨੀ ਪਿਆਰੀ ਜੀ ਕਾਟੂ ਵੀ ਇਨ੍ਹਾਂ ਦੇ ਨਾਲ ਹੈ, ਔਰ ਬਹੁਤ ਸਾਰੇ ਥਾਲ ਪ੍ਰਸ਼ਾਦ ਦੇ ਅੱਜ ਭੇਜਦੇ ਨੇ, ਪੂਰੀਆਂ, ਹਲਵਾ ਔਰ ਛੋਲਿਆਂ ਦੀ ਸਬਜ਼ੀ। ਕਿਆ ਬਾਤ ਹੈ ਭੀਮ ਜੀ। ਰਾਕੇਸ਼ ਜੀ ਪਰਥ ਆਸਟ੍ਰੇਲੀਆ ਤੋਂ ਸਾਡੇ ਨਾਲ ਨੇ ਜੀ, ਔਰ ਗਗਨ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਰੇ ਹੀ ਸਰੋਤਿਆਂ ਨੂੰ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਟਾਇਰ ਅਤੇ ਸ਼ੀਸ਼ੇ ਦੇ ਵਾਈਪਰ ਜ਼ਰੂਰ ਚੈੱਕ ਕਰ ਲੈਣਾ, ਮੀਂਹ ਦਾ ਮੌਸਮ ਹੈ। ਸਾਬਿਰ ਅਲੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਬਿਲਕੁਲ ਸਾਬਿਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਪਰ ਤੁਸੀਂ ਵੀ ਸਾਨੂੰ ਦੱਸੋ ਕਿ ਬਿਲਕੁਲ ਅੱਜ ਤੁਹਾਡੇ ਵਿਆਹ ਦੀ ਐਨੀਵਰਸਰੀ ਹੈ, ਫਿਰ ਤੁਹਾਡੇ ਵਿਆਹ ਦੇ ਵਿੱਚ ਤੁਸੀਂ ਕੀ ਮਨ ਚ ਸੋਚਿਆ ਸੀ ਕਿ ਵਿਆਹ ਦੇ ਵਿੱਚ ਕਿਹੜੀ ਚੀਜ਼ ਹੋਣੀ ਚਾਹੀਦੀ ਹੈ? ਅੱਜ ਤੁਹਾਡੇ ਤੋਂ ਵੀ ਜਾਣਾਂਗੇ। ਤੇ ਨਾਲ ਨਾਲ ਸੁਲਤਾਨ ਸਿੰਘ ਜੀ ਜਿਹੜੇ ਆ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਗਏ ਨੇ ਹਨੁਮਾਨਗੜ੍ਹ ਤੋਂ, ਸੋ ਸੁਲਤਾਨ ਜੀ ਗੁੱਡ ਈਵਨਿੰਗ ਤੁਹਾਨੂੰ ਵੀ, ਔਰ ਬਖਸ਼ੀ ਰਾਮ ਜੀ ਦੁਬਈ ਤੋਂ ਪ੍ਰੋਗਰਾਮ ਦੇ ਨਾਲ ਨੇ, ਤੇ ਹਮੇਸ਼ਾ ਖੁਸ਼ ਰਹੋ ਗਗਨ ਜੀ, ਔਰ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਇਹਨਾਂ ਦੇ ਵੱਲੋਂ ਵੀ ਪਹੁੰਚ ਗਿਆ। ਜਗਦੀਸ਼ ਰਾਏ ਗਰਗ ਜੀ ਜਿਹੜੇ ਆ ਪਲਮਪੁਰ ਤੋਂ ਪ੍ਰੋਗਰਾਮ ਦੇ ਨਾਲ ਜੁੜ ਗਏ ਨੇ। ਮਨਪ੍ਰੀਤ ਜੀ ਕਹਿ ਰਹੇ ਕਿ ਮੈਂ ਤਾਂ ਕੱਲ ਵਿਆਹ ਦੇ ਵਿੱਚ ਆਪਣੀ ਫਰੈਂਡ ਨੂੰ ਹੀ ਲੱਭਦੀ ਰਹੀ ਗਗਨ ਜੀ, ਪਰ ਮਿਲੀ ਨਹੀਂ। ਸੋ ਬਿਲਕੁਲ ਗੱਲ ਤੁਹਾਡੀ ਸਹੀ ਹੈ, ਬਹੁਤ ਵਾਰ ਵਿਆਹਾਂ ਦੇ ਵਿੱਚ ਅਸੀਂ ਆਪਣੀਆਂ ਸਹੇਲੀਆਂ ਨੂੰ ਵੀ ਲੱਭਦੇ ਹਾਂ, ਸਹੇਲੀਆਂ ਨੂੰ ਲੱਭ ਕੇ ਫਿਰ ਉਨ੍ਹਾਂ ਦੇ ਸੂਟਾਂ ਨੂੰ ਜ਼ਰੂਰ ਦੇਖਦੇ ਹਾਂ। ਦੱਸਿਓ ਮਨਪ੍ਰੀਤ ਜੀ, ਵੇਖਦੇ ਹੋ ਕਿ ਨਹੀਂ? ਪਰ ਫਿਲਹਾਲ ਆਪਾਂ ਕਾਲ ਦੇ ਜ਼ਰੀਏ ਸਾਡੇ ਨਾਲ ਜਿਹੜੇ ਸਾਡੇ ਸਰੋਤੇ ਇਸ ਵੇਲੇ ਦੋ ਜੁੜੇ ਹੋਏ ਉਨ੍ਹਾਂ ਵੱਲ ਚੱਲਦੇ ਹਾਂ, ਤੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣਦੇ ਹਾਂ, ਤੇ ਨਾਲ ਨਾਲ ਬਲਵੀਰ ਸੈਣੀ ਜੀ ਚੰਡੀਗੜ੍ਹ ਤੋਂ ਸਾਬਿਰ ਅਲੀ ਜੀ ਨੂੰ ਸ਼ਾਦੀ ਦੀ ਸਾਲਗਿਰਾ ਦੀਆਂ ਬੇਅੰਤ ਵਧਾਈਆਂ। ਸੋ ਬਿਲਕੁਲ ਜੀ, ਵਧਾਈਆਂ ਪਹੁੰਚੀਆਂ ਨੇ ਸਾਬਿਰ ਜੀ ਤੱਕ। ਤੇ ਆਓ ਫਿਰ ਹੁਣ ਸਾਂਝ ਬਣਾਉਣੇ ਆ ਬਲਵਿੰਦਰ ਬਿੱਲਾ ਜੀ ਨਾਲ, ਫਿਰ ਆਪਾਂ ਜੁੜਾਂਗੇ ਭੀਮ ਸੈਨ ਜੀ ਨਾਲ ਜੋ ਇਸ ਵੇਲੇ ਲਾਈਨ ਤੇ ਸਾਡੇ ਨਾਲ ਜੁੜ ਚੁੱਕੇ ਨੇ। ਤੇ ਜਾਣਦੇ ਆ ਵਿਆਹ ਦੇ ਵਿੱਚ ਜਾਂਦੇ ਸਭ ਤੋਂ ਪਹਿਲੀ ਕਿਹੜੀ ਚੀਜ਼ ਹੈ ਜਿਹੜੀ ਜ਼ਿਹਨ ਦੇ ਵਿੱਚ, ਦਿਮਾਗ ਦੇ ਵਿੱਚ ਹੁੰਦੀ ਹੈ ਕਿ ਸਾਨੂੰ ਵਿਆਹ ਦੇ ਵਿੱਚ ਜ਼ਰੂਰ ਮਿਲ ਜੇ? ਸੋ ਸਵਾਗਤ ਬਲਵਿੰਦਰ ਬਿੱਲਾ ਜੀ ਪ੍ਰੋਗਰਾਮ ਚ। ਗਗਨਦੀਪ ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਨਾਲ ਸਵਾਗਤ ਪ੍ਰੋਗਰਾਮ ਚ। ਅੱਜ ਆਪਣਾ ਗੱਲਾਂ ਤੇ ਗੀਤਾਂ ਦਾ ਪ੍ਰੋਗਰਾਮ ਹੈ, ਗੀਤ ਵੀ ਤੁਸੀਂ ਸੋਹਣੇ ਗਾਉਣੇ ਹੋ ਟਾਊਨ ਦੇ ਨਾਲ, ਤੇ ਗੱਲਾਂ ਵੀ ਸੋਹਣੀਆਂ ਹੁੰਦੀਆਂ ਨੇ। ਅੱਜ ਫਿਰ ਦੱਸੋ, ਵਿਆਹ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ, ਸਭ ਤੋਂ ਪਹਿਲਾਂ ਕਿਹੜੀ ਚੀਜ਼ ਦਿਮਾਗ ਦੇ ਵਿੱਚ ਹੁੰਦੀ ਹੈ, ਜ਼ਿਹਨ ਦੇ ਵਿੱਚ ਹੁੰਦੀ ਹੈ ਕਿ ਮੈਨੂੰ ਵਿਆਹ ਚ ਜਾਂਦੇ ਪੱਕਾ ਮਿਲ ਜੇ? ਹਾਂ ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤਾਂ ਇਹੀ ਦੇਖਦਾ ਵੀ ਕਿਤੇ ਲਾਊਡ ਸਪੀਕਰ ਲੱਗਿਆ ਹੋਇਆ। ਅੱਛਾ, ਤਵਿਆਂ ਵਾਲੀ ਮਸ਼ੀਨ ਚੱਲਦੀ ਹੈ। ਹਾਂ, ਮੈਨੂੰ ਤਾਂ ਸ਼ੌਂਕ ਇਹੀ ਹੈ ਜ਼ਿਆਦਾ। ਅੱਛਾ, ਤੇ ਫਿਰ ਕਦੇ ਕਿਸੇ ਵਿਆਹ ਦੇ ਵਿੱਚ ਤੁਹਾਨੂੰ ਮਿਲੀ ਹੈ? ਹਾਂ ਜੀ, ਹਾਂ ਬਿਲਕੁਲ ਜੀ, ਬਹੁਤ। ਹੁਣ ਤਾਂ ਵਿਆਹ ਬਸ ਪੈਲਸਾਂ ਚ ਹੁੰਦੇ, ਪਹਿਲਾਂ ਜਦ ਪਿੰਡਾਂ ਚ ਵਿਆਹ ਹੁੰਦੇ ਤੇ ਘਰਾਂ ਚ ਜਾਂ ਤਾਂ ਇਹ ਆਮ ਦੋ ਮੰਜਿਆਂ ਤੇ ਜੋ ਸਪੀਕਰ ਲੱਗਦੇ ਹੀ ਲੱਗਦੇ। ਬਾਕੀ ਬੀਬੀਆਂ ਭਾਈ ਦੇਖਦੀਆਂ ਨੇ ਸੂਟ ਇੱਕ ਦੂਜੇ ਦੇ, ਸੂਟ ਕਿਹਨੇ ਸੋਹਣਾ ਪਾਇਆ ਵਾ, ਹੈਂਜੀ ਬਿਲਕੁਲ ਭਾਈ ਨੀ ਇਹ ਦੇਖਦੇ। ਬਾਕੀ ਅੱਗੇ ਨਾ ਮੈਡਮ ਜੀ ਅਸੀਂ ਦੇਖਦੇ ਤੇ ਵੀ ਚਾਨਣੀ ਲੱਗੀ ਹੋਈ ਆ, ਕਨਾਤਾਂ ਲੱਗੀਆਂ ਹੋਈਆਂ, ਅੱਗੇ ਨਾ ਛੋਟੇ ਛੋਟੀਆਂ ਪਤੰਗੀਆਂ ਟੰਗ ਦਿੰਦੇ ਤੇ ਬਹੁਤ ਦੂਰ ਤੱਕ ਰੱਸੀਆਂ ਨਾਲ ਬੰਨ ਕੇ, ਉਹ ਵੀ ਇੱਕ ਵਿਆਹ ਦੀ ਜਿਵੇਂ ਹੁਣ ਲਾਈਟਾਂ ਲਾ ਦਿੰਦੇ ਨੇ, ਉਹ ਵਿਆਹ ਦੀ ਸ਼ਾਨ ਬਣ ਗਿਆ ਸੀ ਪਤੰਗੀਆਂ। ਹਾਂਜੀ ਬਈ, ਅਸੀਂ ਤਾਂ ਸਭ ਤੋਂ ਪਹਿਲਾਂ ਖਾਣਾ ਪੀਣਾ ਤਾਂ ਬਾਅਦ ਚ, ਪਹਿਲਾਂ ਤਾਂ ਇਹੀ ਮੈਂ ਤਾਂ ਦੇਖਦਾ ਸੀ ਵੀ ਭਾਈ ਲਾਊਡ ਸਪੀਕਰ ਲੱਗਿਆ ਹੋਇਆ, ਫਿਰ ਜਾ ਕੇ ਆਪਣੀ ਮਨਪਸੰਦ ਦੇ ਗੀਤ ਲਵਾਉਣੇ ਉਹ ਤਵੇ ਭਾਈ ਤੋਂ ਕੱਢ ਕੱਢ ਕੇ। ਹਾਂਜੀ,
ਬਾਕੀ ਅੱਜ ਕੱਲ ਤਾਂ ਹੁਣ ਪਾਕਿਸਤਾਨ ਚ ਵਿਆਹ ਹੁੰਦੇ ਆ ਜੀ, ਦੇਖੋ ਤੁਹਾਨੂੰ ਪਤਾ ਹੀ ਆ ਘੜੀ ਤੋਂ ਘੜੀ ਦਾ ਵਿਆਹ ਹੈ, ਅਗਲਾ ਬਾਹਰ ਦੀ ਬਾਹਰ ਜਾਂਦਾ ਹੈ, ਬਾਹਰ ਦੀ ਬਾਹਰ ਮੁੜ ਆਉਂਦਾ, ਅੱਗੇ ਤਾਂ ਦੋ ਤਿੰਨ ਦਿਨ ਪਹਿਲਾਂ ਹੀ ਚਲੇ ਜਾਂਦੇ ਸੀ ਵਿਆਹ ਦੇ ਵਿੱਚ, ਲੱਡੂ ਬਟਾਉਣੇ, ਹੋਰ ਬੜਾ ਕੰਮ ਕਰਾਉਣਾ, ਮੰਜੇ ਇਕੱਠੇ ਕਰਨੇ, ਬਿਸਤਰੇ ਇਕੱਠੇ ਕਰਨੇ, ਉਹਨਾਂ ਪਰ ਨਾਂ ਲਿਖਣਾ ਹੈ ਨਾ ਜੀ, ਬੜਾ ਕੰਮ ਹੁੰਦਾ ਸੀ ਅੱਗੇ। ਬਿਲਕੁਲ ਭੈਣ ਜੀ, ਫਿਰ ਹੁਣ ਇਸ ਗੱਲ ਤੇ ਫਿਰ ਛੋਟੇ ਜਿਹੇ ਤੁਹਾਨੂੰ ਗੀਤ ਸੁਣਾ ਦਿੰਦੇ ਹਾਂ ਜੀ, ਪੁਰਾਣਾ ਦਰਦਾਰ ਸਿੰਧੂ ਦਾ। ਬਿਲਕੁਲ ਬਿਲਕੁਲ ਸੁਣਨਾ ਚਾਹਾਂਗੇ, ਕਿਉਂਕਿ ਅੱਜ ਗੱਲਾਂ ਦੇ ਗੀਤਾਂ ਦਾ ਪ੍ਰੋਗਰਾਮ ਹੈ, ਅੱਜ ਗੱਲਾਂ ਵੀ ਕਰਾਂਗੇ, ਗੀਤ ਵੀ ਸੁਣਾਂਗੇ। ਆ ਜਾਓ ਫਿਰ। ਆਓ ਨੀ ਕੁੜੀਓ ਨੱਚੀਏ ਗਿੱਧੇ ਵਿੱਚ, ਲੈ ਕੇ ਡੋਰੀਏ ਸਾਵੇ ਨੀ ਪਿੰਡ ਦਿਆਂ ਮੁੰਡਿਆਂ ਨੂੰ, ਸਾਨੂੰ ਦੇਖ ਕੇ ਨੀਂਦ ਨਾ ਆਵੇ ਪਿੰਡ ਦਿਆਂ ਮੁੰਡਿਆਂ ਨੂੰ, ਦੇਖੋ ਵੀ ਮੁੰਡੇ ਓ ਐਸ ਕੁੜੀ ਦਾ ਨਖਰਾ ਮੇਚ ਨਾ ਆਵੇ, ਵੀ ਕਹਿ ਦਿਓ ਮੁੰਡਿਆਂ ਨੂੰ ਅੱਜ ਮੇਲ ਸੁੱਕਾ ਨਾ ਜਾਵੇ, ਵੀ ਕਹਿ ਦਿਓ ਮੁੰਡਿਆਂ ਨੂੰ। ਪੈਨ ਪਚਕੇ ਗਿੱਧੇ ਦੇ ਵਿੱਚ ਦੇਵਣ ਲੋਕ ਵਧਾਈਆਂ, ਅਸੀਂ ਆਸ਼ਕ ਦਾ ਖੂਨ ਪੀਣ ਲਈ ਤੁਰੋਂ ਤਿਹਾਈਆਂ ਆਈਆਂ, ਨੀਲਖ ਦਾ ਮਰੋੜਾ ਮਾਰ ਦੇ ਇੱਕ ਅੱਖ ਦਾ ਇਸ਼ਾਰਾ ਚੱਲ ਜਾਵੇ, ਕਹਿ ਦਿਓ ਮੁੰਡਿਆਂ ਨੂੰ। ਉਹ ਮਰਜੋ ਛੜਿਓ ਪੂੰਛੜਾ ਕੇ ਕਿਉਂ ਬੈਠੇ ਚੁਪਕੀ ਤੇ, ਇੱਕ ਦੂਜੇ ਤੋਂ ਪੇਸ਼ ਪਾ ਲੋ ਜੋ ਕਿਸੇ ਨਾਲ ਬੀਤੇ, ਹੀਰੋਂਦੀ ਦਾ ਰੁਮਾਲ ਭਿੱਜ ਜਾ ਅੱਖਾਂ ਲਾ ਕੇ ਛੜੀ ਨਾ ਪਛਤਾਵੇ, ਵੀ ਕਹਿ ਦਿਓ ਮੁੰਡਿਆਂ ਨੂੰ ਅੱਜ ਨੇੜ ਸੁੱਕਾ ਨਾ ਜਾਵੇ, ਵੀ ਕਹਿ ਦਿਓ ਮੁੰਡਿਆਂ ਨੂੰ ਸਾਨੂੰ ਦੇਖ ਕੇ ਨੀਂਦ ਨਾ ਆਵੇ, ਕਹਿ ਦਿਓ ਮੁੰਡਿਆਂ ਨੂੰ ਸਾਨੂੰ ਦੇਖ ਕੇ ਨੀਂਦ ਨਾ ਆਵੇ, ਨੀ ਪਿੰਡ ਦਿਆਂ ਮੁੰਡਿਆਂ ਨੂੰ। ਵਾਜੀ ਵਾਹ, ਕਿਆ ਬਾਤ ਹੈ ਬਲਵਿੰਦਰ ਬਿੱਲਾ ਜੀ, ਕਰਤਾ ਜੀ ਮਹਾ, ਚਲੋ ਟਾਈਮ ਥੋੜਾ ਮੈਨੂੰ ਪਤਾ ਲੱਗ ਗਿਆ ਸੀ ਵੀ ਸ਼ਾਰਟਕਟ ਕੀਤਾ ਤੇ ਤੁਸੀਂ ਸਪੀਡ ਵੀ ਵਧਾਈ ਹੋਈ ਸੀ ਅੱਜ। ਜਾਂ ਫਿਰ ਰੋਡ ਤੇ ਤੁਹਾਨੂੰ ਪਤਾ ਕੋਈ ਨਾ ਕੋਈ ਆਉਂਦਾ ਜਾਂਦਾ ਰਹਿੰਦਾ। ਬਿਲਕੁਲ ਜੀ, ਬਹੁਤ ਵਧੀਆ ਲੱਗਿਆ, ਬਹੁਤ ਸੋਹਣੀਆਂ ਰੌਣਕਾਂ ਲਾਈਆਂ, ਸੋ ਸ਼ੁਕਰੀਆ ਬਲਵਿੰਦਰ ਬਿੱਲਾ ਜੀ ਇਸ ਮੰਚ ਤੇ ਆਉਣ ਦੇ ਲਈ। ਲੋ ਜੀ, ਨਾਲ ਦੀ ਨਾਲ ਆਪਣੇ ਕੋਲ ਭੀਮ ਸੈਨ ਜੀ ਵੀ ਪਹੁੰਚ ਗਏ ਨੇ, ਤੇ ਹੁਣ ਆਪਾਂ ਭੀਮ ਸੈਨ ਜੀ ਵੱਲ ਚੱਲਦੇ ਹਾਂ ਤੇ ਜਾਣਦੇ ਹਾਂ ਭੀਮ ਸੈਨ ਜੀ ਵਿਆਹਾਂ ਦੇ ਵਿੱਚ ਜਦੋਂ ਜਾਂਦੇ ਸੀ ਪੁਰਾਣੇ ਸਮੇਂ ਦੇ ਵਿੱਚ, ਜਾਂ ਹੁਣ ਵੀ ਜੇ ਕਿਤੇ ਜਾਣ ਦਾ ਮੌਕਾ ਮਿਲਦਾ ਤਾਂ ਫਿਰ ਕਿਹੜੀ ਚੀਜ਼ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਜ਼ਹਿਨ ਦੇ ਵਿੱਚ ਹੁੰਦੀ ਹੈ? ਜਿਵੇਂ ਬਲਵਿੰਦਰ ਬਿੱਲਾ ਜੀ ਨੇ ਦੱਸਿਆ ਕਿ ਉਨ੍ਹਾਂ ਨੂੰ ਤੇ ਕਨਾਤਾਂ ਵੇਖਣ ਦਾ ਸ਼ੌਕ ਹੁੰਦਾ ਸੀ ਪੁਰਾਣੇ ਸਮੇਂ ਦੇ ਵਿੱਚ, ਔਰ ਗੱਲ ਤੇ ਬਿਲਕੁਲ ਸਹੀ ਹੈ ਨਾ, ਉਦੋਂ ਟੈਂਟ ਕਿਹੜੇ ਰੰਗ ਦਾ, ਕਿਹੋ ਜਿਹਾ ਕਲਰ ਹੈ ਜੀ, ਰੰਗ ਹੈ ਟੈਂਟ ਦਾ, ਕਨਾਤਾਂ ਕਿਹੋ ਜਿਹੀਆਂ ਨੇ, ਉਹ ਆਪਣੇ ਆਪ ਦੇ ਵਿੱਚ ਦੇਖਣ ਚ ਬੜੀਆਂ ਵਧੀਆ ਲੱਗਦੀਆਂ ਸੀ। ਲਾਈਟਨਿੰਗ ਘਰ ਦੇ ਉੱਪਰ ਕਹੀ ਜੀ ਹੋਈ ਹੈ, ਕਹੇ ਜੇ ਬੱਲਬ ਲਾਟੂ ਲਾਏ ਨੇ, ਹਨਾ, ਉਹ ਵੀ ਬੜਾ ਇੱਕ ਚਾਅ ਹੁੰਦਾ ਵੀ ਵਿਆਹ ਦੇ ਘਰ ਜਾਣ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਹੁੰਦਾ ਤੇ ਦੇਖ ਕੇ ਕਈ ਵਾਰ ਬੜੀ ਖੁਸ਼ੀ ਵੀ ਹੁੰਦੀ ਹੈ। ਤੇ ਹੁਣ ਭੀਮ ਜੀ ਵੇਖਦੇ ਆ ਜੀ ਸਾਨੂੰ ਕੀ ਖਾਸ ਗੱਲਾਂ ਦੱਸਣਗੇ, ਕਿਹੜੀਆਂ ਕਿਹੜੀਆਂ ਗੱਲਾਂ ਇਹਨਾਂ ਦੇ ਦਿਮਾਗ ਦੇ ਵਿੱਚ ਹੁੰਦੀਆਂ ਨੇ, ਆਓ ਪਾਉਂਦੇ ਆ ਸਾਰੇ। ਸੋ ਸਵਾਗਤ ਭੀਮ ਸੈਨ ਜੀ। ਮੈਡਮ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਔਰ ਸਾਰੇ ਦੋਸਤਾਂ ਨੂੰ ਕੱਲ ਦੀ ਤੇ ਅੱਜ ਦੀ ਅਣੀਕੇ ਤੇ ਰਾਜ ਰਣੀ ਕਾ ਤੋਂ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ ਭੀਮ ਸੈਨ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ, ਔਰ ਸਾਰੇ ਤਰ੍ਹਾਂ ਦੀ ਦੁਆ ਵਿਸ਼ ਤੁਹਾਨੂੰ। ਤੇ ਦੱਸੋ ਫਿਰ ਅੱਜ ਵਿਆਹ ਦੇ ਵਿੱਚ ਜਾਣ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਜ਼ਹਿਨ ਦੇ ਵਿੱਚ ਦਿਮਾਗ ਦੇ ਵਿੱਚ ਘੁੰਮਦੀਆਂ ਨੇ? ਦੇਖੋ, ਜਦੋਂ ਕਾਰ ਚ ਉੱਤਰਦਾ ਨਾ ਬੰਦਾ, ਪਹਿਲਾਂ ਨਾਕਾ ਲੱਗਿਆ ਹੁੰਦਾ, ਪੰਡਾਲ ਚ ਤਾਂ ਬਾਅਦ ਚ ਜਮ ਜਾਂਦਾ, ਕੀ ਹੀ ਉੱਤੇ ਕੰਟੀਨਾ ਲੱਗਿਆ ਹੁੰਦੀਆਂ, ਪਰ ਸਭ ਤੋਂ ਪਹਿਲਾਂ ਨਿਗਾਹ ਕਿੱਥੇ ਹੁੰਦੀ ਹੈ ਵੀ ਮਿਲਣੀ ਚ ਕੀ ਮਿਲੂਗਾ, ਕੰਬਲ ਮਿਲੂਗਾ, ਬਾਕੀ ਦਾ ਗੱਲਾਂ ਬਾਅਦ ਗਿਆ, ਮਤਲਬ ਬਾਕੀ ਰਹਿ ਜਾਓ ਬਾਬਾ, ਭੁੱਖੇ ਆ ਜਾਓ, ਅਸੀਂ ਤਾਂ ਮਿਲਣੀ ਦੇ ਕੰਮ ਲਾ ਕੇ ਰੱਖੀ ਦੀ ਆ। ਉਹ ਪਤਾ ਕੀ ਹੁੰਦਾ ਜੀ, ਹੁਣ ਮੈਂ ਤੁਹਾਨੂੰ ਦੱਸ ਦਿੰਦਾ ਗੱਲ ਵੀ ਮੈਂ ਅੱਕ ਗਿਆ ਇਹਨਾਂ ਚੀਜ਼ਾਂ ਨੂੰ ਦੇਖ ਦੇਖ ਕੇ। ਕਿਉਂ ਅੱਕ ਗਿਆ? ਕਿ ਯਾਰ, ਮਾਮੇ ਭੂਆ ਫੁੱਫੜ ਸਾਰੇ ਪਹਿਲੀਆਂ ਚ ਮਿੰਨੀ ਕਰਾ ਕੇ ਖਾ ਪੀ ਕੇ ਨਿਕਲ ਜਾਂਦੇ ਆ। ਅੱਛਾ, ਠੀਕ ਹੈ ਜੀ। ਮੈਂ 2012 ਦੇ ਵਿੱਚ ਵੱਡੇ ਬੇਟਾ ਦਾ ਵਿਆਹ ਕੀਤਾ, ਕਿਉਂਕਿ ਉਦੋਂ ਵੀ ਆਈ ਹੋਇਆ, ਸ਼ੁਰੂ ਚ ਮਿੰਨੀਆਂ ਹੋ ਗਈਆਂ, ਖਾ ਪੀ ਕੇ ਨਿਕਲ ਗਏ, ਜਿਹਨੇ ਸ਼ਗਨ ਦੇਣਾ ਉਹਨੂੰ ਤਾਂ ਦੇ ਹੀ ਦੇਣਾ। ਠੀਕ ਹੈ, ਮੈਂ ਵੱਡੇ ਛੋਟੇ ਬੇਟਾ ਦਾ ਵਿਆਹ 2018 ਚ ਕੀਤਾ, ਉਦੋਂ ਮੈਂ ਥੋੜਾ ਜਿਹਾ ਕਾਨੂੰਨ ਚੇਂਜ ਕਰਤਾ, ਕਾਨੂੰਨ ਚੇਂਜ ਕਰਤਾ, ਬੱਚੇ ਕਹਿੰਦੇ ਮੈਂ ਫਲਾਂਡੇ ਦੀ ਧੀ ਨੂੰ ਬੁਲਾਉਣਾ, ਮੈਂ ਫਲਾਂਡੇ ਮਾਮੇ ਦੀ ਕੁੜੀ ਨੂੰ ਬੁਲਾਉਣਾ, ਜੀ ਨੂੰ ਬੁਲਾਉਣਾ, ਵੀ ਨੂੰ ਬੁਲਾਉਣਾ, ਭਾਈ ਬੁਲਾ ਲਓ, ਕੋਈ ਦਿੱਕਤ ਨਹੀਂ, ਬੁਲਾ ਲਓ। ਪਰ ਮੇਰੀ ਜਿਹੜਾ ਅਸੂਲ ਮੈਂ ਚੇਂਜ ਕਰਤਾ, ਤਾਂ ਮੈਂ ਸਹੁਰੇ ਨੂੰ ਕਹਿਤਾ ਵੀ ਗੱਲ ਸੁਣੋ ਵੀ ਫੇਰਿਆਂ ਦੇ ਵੇਲੇ ਸਭ ਭੱਜ ਜਾਂਦੇ, ਕੋਈ ਨੀ ਕੱਢਦਾ, ਮੁੰਡੇ ਦਾ ਮਾਂ ਪਿਓ ਕੋਈ ਰਹਿ ਜਾਂਦਾ, ਜਾਂ ਚਾਚਾ ਦਾ ਕੋਈ ਰਹਿ ਜਾਂਦਾ, ਭਾਈ ਜਾਂ ਕੁੜੀ ਵਾਲਾ, ਪੰਜ ਸੱਤ ਦਸ ਜਾਣੇ ਰਹਿ ਜਾਂਦੇ ਆ। ਪਰ ਮੇਰੀ ਡਿਮਾਂਡ ਇੱਕੋ ਹੈ, ਤੁਸੀਂ ਕੁੜੀ ਦੇ ਵਿਆਹ ਲਾਓ ਨਾ ਲਾਓ, ਕੁਛ ਮੈਨੂੰ ਇਸ ਗੱਲ ਨੂੰ ਕੋਈ ਦਿੱਕਤ ਨੀ। ਲੇਕਿਨ ਮੇਰਾ ਥੋੜਾ ਨੁਕਸਾਨ ਤਾਂ ਉਹ ਜੇ ਹੋਇਆ,
ਹੋਇਆ ਕਿ ਜਿਹਨੇ 2100 ਦੇਣਾ ਸੀ ਉਹਨੇ 1100 ਦਿੱਤਾ, ਜਿਹਨੇ 1100 ਦੇਣਾ ਸੀ 500 ਦਿੱਤਾ, ਉਹਨੇ ਫਰਕ ਨੀ ਪਿਆ ਮੈਨੂੰ, ਕੋਈ ਬਾਹਲਾ ਫਰਕ ਨੀ ਪਿਆ, ਕਿਉਂਕਿ ਖਾ ਕੇ ਆਏ ਉਹ ਸਹੁਰਿਆਂ ਦਾ ਜਵਾਕ ਨੇ ਸਹੁਰਿਆਂ ਦਾ ਪਕੌੜੇ ਪਕੌੜੇ, ਠੀਕ ਹੈ ਜੀ, ਮੇਰਾ ਤਾਂ ਕੁਛ ਖਾਧਾ ਨੀ, ਮੈਂ ਉੱਥੇ ਕੀ ਰੱਖਦਾ ਵੀ ਜਿਹੜੀਆਂ ਮਿੰਨੀਆਂ ਹੋਣਗੀਆਂ ਲਾਲਾ ਜੀ ਫੇਰੇ ਤੇ ਹੋਣਗੀਆਂ, ਕਿਉਂਕਿ ਪਹਿਲੇ ਤੇ ਮਿੰਨੀਆਂ ਕਰਾ ਕੇ ਭੱਜ ਜਾਂਦੇ ਫੇਰੇ ਕਰਾਏ ਮੈਂ ਰਾਤ ਨੂੰ 2:30 ਵਜੇ, ਹੁਣ ਜਵਾਕ ਦੇ ਮਾਮੇ ਆਏ ਹੈ, ਇੱਕ ਰਾਤੀ ਤੋਂ ਆਇਆ ਇੱਕ ਪਾਤੜਾ ਤੋਂ ਆਇਆ ਹੈ, ਉਹਨੇ ਏਸੀ ਗੱਡੀਆਂ ਹੁੰਦੀਆਂ ਹੀਟਰ ਛੱਡ ਕੇ ਆ ਗਏ, ਜਦੋਂ ਬਹਿਣਾ ਪੈ ਗਿਆ ਨਾ ਠੰਡ ਚ ਕੰਬਲ ਤੇ ਲਿਆਏ ਜੀ, ਉਦੋਂ ਫਿਰ ਕੰਬਲ ਵਾਲੀ ਜਾਂ ਮੈਂ ਦਵਾਈ ਛਿੱਕੇ ਜਾਂਦੀ ਰਹੇ, ਇਹ ਤਾਂ ਹੈ ਨੀ ਤੁਸੀਂ ਬੈਠ ਕੇ ਕੰਬਲ ਦੀ ਬੁੱਕਲ ਮਾਰ ਲਓਗੇ, ਮੁੜ ਕੇ ਸਿਆਣੀ ਗਏ ਤੇ ਵਿਆਹ ਜਾਵਾਂਗੇ, ਹੁਣ ਅਸੀਂ ਆਪਦੀ ਡਿਮਾਂਡ ਰੱਖਾਂਗੇ, ਮਾਂ ਭਾਈ ਤੁਸੀਂ ਜੋ ਮਰਜ਼ੀ ਰੱਖਿਓ, ਉਦੋਂ ਮੇਰਾ ਪਤਾ ਨੀ ਹੋਊਗਾ ਇੱਥੇ ਕਿ ਨਹੀਂ ਹੋਊਗਾ। ਬਾਕੀ ਗੱਲ ਆ ਜੋ ਪੰਡਾਲ ਚ, ਪੰਡਾਲ ਚ ਸਭ ਤੋਂ ਵੱਧ ਹੁੰਦੀ ਆ ਪਕੌੜਿਆਂ ਤੇ ਨਿਗਾਹ, ਕਿਉਂਕਿ ਇਸੇ ਕਰਕੇ ਭੀਮ ਪਕੌੜੇ ਭੇਜ ਆਉਂਦਾ ਪਨੀਰ ਦੇ ਪਕੌੜੇ, ਕਿਉਂਕਿ ਮੈਂ ਪਨੀਰ ਦੇ ਪਕੌੜੇ ਬਾਅਦ ਚ ਖਾਂਦਾ ਜੀ, ਪਹਿਲਾਂ ਜਿਹੜਾ ਤਲਿਆ ਪਨੀਰ ਹੁੰਦਾ ਜੀ ਤਾਂ ਉਹ ਖਾਂਦਾ ਹੁੰਦਾ ਸੀਗਾ ਜੀ, ਉਹ ਖਾ ਖੂ ਕੇ ਉਸ ਤੋਂ ਬਾਅਦ ਕੀ ਹੈ ਮੈਂ ਘਰ ਵਾਲੀ ਨੂੰ ਕਹਿੰਦਾ ਭਾਈ ਮਿਲਣੀ ਹੋ ਗਈ, ਹੁਣ ਤੂੰ ਤਿਆਰ ਰਹੀ, ਲਾਸਟ ਦੇ ਚ ਮੈਂ ਗੱਲ ਕਰ ਲਿਆ, ਹੋ ਸਕਦਾ ਕੋਈ ਕਲੇਸ਼ ਹੋ ਜਾਵੇ, ਉਹਨੂੰ ਪਤਾ ਸੀ ਇਹ ਕੋਈ ਨਾ ਕੋਈ ਪੰਗਾ ਖੜਾ ਕਰ ਦੇਣਾ, ਹੈ ਮੈਂ ਤੂੰ ਮਿਲਣੀ ਵਾਲਾ ਕੰਬਲ ਜਿਹੜਾ ਕੁਛ ਮਿਲਿਆ ਗੱਡੀ ਤਿਆਰ ਰੱਖੀ ਟਾਕੀ ਦੇ ਕੋਲੇ ਖੜਜੀ, ਹੋ ਸਕਦਾ ਆਪਾਂ ਨੂੰ ਭੱਜਣਾ ਪੈ ਜੇ, ਕਹਿੰਦੀ ਕੋਈ ਇਹੋ ਜਿਹਾ ਪੰਗਾ ਨਾ ਖੜਾ ਕਰਦੀ, ਮੈਂ ਕੁਛ ਨੀ ਕਰਦਾ, ਸਾਰੇ ਕਹਿੰਦੇ ਜਵਾਈ ਆ ਗਏ ਬੋਲੀ ਪਾ ਬੋਲੀ ਪਾ ਬੋਲੀ ਪਾ, ਨਹੀਂ ਬੋਲੀ ਪਾਤੀ ਬੋਲੀ ਕੀ ਭਾਈ, ਮੇਰਾ ਉਹ ਕੀ ਲੱਗਣਾ ਸੀ, ਦੇਖੋ ਕੁੜੀ ਵਾਲੇ ਨੇ ਮੁੰਡੇ ਵਾਲੇ ਕੁੱਟ ਤੇ, ਆਪਾਂ ਘਰ ਵਾਲੇ ਲੈ ਕੇ ਘਰੇ ਆ ਗਏ, ਬੋਲੀ ਪਾਤੀ ਬਾਰੀ ਬਰਸੀ ਖੱਟ ਗਿਆ ਸੀ ਖੱਟ ਕੇ ਲਿਆਂਦਾ ਬਾਹਰ, ਬਾਰੀ ਬਰਸੀ ਖੱਟ ਗਿਆ ਸੀ ਖੱਟ ਕੇ ਲਿਆਂਦਾ ਬਾਹਰ, ਭੰਗੜਾ ਪਾਤਾ ਨੱਚੇ ਕੁੜੀ ਦਾ ਯਾਰ, ਦੇਖ ਲੋ ਭੀਮ ਜੀ ਮਤਲਬ ਸਾਰੀ ਜਗ੍ਹਾ ਪੰਗੇ ਪਾ ਕੇ ਫਿਰ ਭੱਜ ਕੇ ਆਉਂਦੇ ਸੀ, ਹੁਣ ਪਤਾ ਲੱਗ ਗਿਆ ਵੀ ਤੁਸੀਂ ਕੁੜੀ ਵਾਲੇ ਮੁੰਡਿਆਂ ਨੂੰ ਪੈ ਗਿਆ ਭਾਵਦਾ ਗੱਡੀ ਨਿਕਲ ਕੇ ਘਰੇ ਆ ਗਏ ਕੰਬਲ ਲੈ ਕੇ, ਤਾਂ ਸੁੱਤੇ ਪਏ ਆ, ਮੈਨੂੰ ਲੱਗਦਾ ਵੀ ਦੁਬਾਰਾ ਫਿਰ ਸਾਰੇ ਵਿਆਹਾਂ ਚ ਤਾਂ ਨੀ ਪਾਈ ਹੋਣੀ, ਇੱਕ ਅੱਧੇ ਵਿਆਹ ਚ ਬੋਲੀ ਪਾ ਕੇ ਸਮਝ ਆ ਗਈ ਹੋਣੀ ਹੈ ਵੀ ਦੁਬਾਰਾ ਨੀ ਪਾਉਣੀ, ਨਾ ਮੁੜ ਕੇ ਬੋਲੀ ਵੇਲੇ ਮੈਨੂੰ ਨੇੜੇ ਲੱਗਣ ਤੱਕ ਦੂਰੀ ਰੱਖੋ, ਇਹਦਾ ਕੋਈ ਪਤਾ ਨਹੀਂ ਕੀ ਪੰਗਾ ਕਿਹੜਾ ਕਰਦੇ, ਇਸ ਕਰਕੇ ਹੁਣ ਪਹਿਲੇ ਚੁੱਪ ਕਰਕੇ ਆਪਦਾ ਪਕੌੜੇ ਪਕੌੜੇ ਖਾਈਦੇ ਆ, ਕਿਉਂਕਿ ਹੁਣ ਬਾਅਦ ਆਪਾਂ ਜਦੋਂ ਹੀ ਹੁੰਦੀ ਨੀ ਖਾ ਪੀ ਕੇ ਆਪਦਾ ਨਾਮ ਲਾਉਂਦੇ ਕਿ ਆ ਜਾਈਦਾ। ਕਿਆ ਬਾਤ ਹੈ, ਸੋ ਭੀਮ ਜੀ ਬਹੁਤ ਵਧੀਆ ਲੱਗਿਆ, ਸੋ ਪੂਰੇ ਵਿਆਹ ਦਾ ਹਾਲ ਜਿਹੜਾ ਤੁਸੀਂ ਸਾਨੂੰ ਸੁਣਾ ਗਏ ਹੋ ਬਹੁਤ ਬਹੁਤ ਸ਼ੁਕਰੀਆ, ਸੋ ਬਿਲਕੁਲ ਜੀ ਦੇਖੋ ਇਹ ਵਿਆਹ ਦੇ ਨਾਲ ਜੁੜੀਆਂ ਗੱਲਾਂ ਭੀਮ ਜੀ ਨੇ ਜਿਹੜੀਆਂ ਪੂਰੀ ਡਿਟੇਲ ਦੇ ਨਾਲ ਸਾਨੂੰ ਦੱਸੀਆਂ ਨੇ। ਇਸ ਵੇਲੇ ਸਾਡੇ ਨਾਲ ਰਣਦੀਪ ਕੌਰ ਖੰਗੜਾ ਜੀ ਔਰ ਮਨਪ੍ਰੀਤ ਕੌਰ ਜੀ ਸਾਡੀਆਂ ਭੈਣਾਂ ਜੁੜ ਗਈਆਂ ਨੇ, ਉਹ ਫਿਰ ਭੈਣਾਂ ਤੋਂ ਵੀ ਜਾਣਦੇ ਆ ਜੀ ਵਿਆਹਾਂ ਦੇ ਵਿੱਚ ਕਿਹੜੀਆਂ ਖਾਸ ਚੀਜ਼ਾਂ ਜਿਹੜੀਆਂ ਸਾਡੇ ਜ਼ਿਹਨ ਦੇ ਵਿੱਚ ਸਾਡੇ ਦਿਮਾਗ ਦੇ ਵਿੱਚ ਹੁੰਦੀਆਂ ਨੇ ਜਿਨ੍ਹਾਂ ਤੇ ਸਾਡਾ ਦਿਮਾਗ ਜਿਹੜਾ ਹਮੇਸ਼ਾ ਕੰਸਨਟ੍ਰੇਟ ਕਰਦਾ ਹੈ ਕਿ ਜਦੋਂ ਹੀ ਅਸੀਂ ਘਰ ਦੇ ਵਿੱਚ ਉਤਰ ਕੇ ਪੈਲਸ ਦੇ ਵਿੱਚ ਐਂਟਰ ਕਰਦੇ ਆ ਵੀ ਸਾਨੂੰ ਆਹ ਮਿਲ ਜੇ ਆਹ ਮਿਲ ਜੇ ਆਹ ਮਿਲ ਜੇ। ਅੱਛਾ ਕਈ ਵਾਰ ਤੇ ਚੀਜ਼ਾਂ ਮਿਲ ਜਾਂਦੀਆਂ ਨੇ, ਕਈ ਵਾਰ ਮਿਲਦੀਆਂ ਨੇ, ਅੱਛਾ ਕਈ ਵਾਰ ਜੋ ਚੀਜ਼ ਤੁਹਾਡੇ ਜ਼ਿਹਨ ਦਿਮਾਗ ਦੇ ਵਿੱਚ ਵੀ ਨਹੀਂ ਹੁੰਦੀ ਨਾ ਤੁਹਾਨੂੰ ਉਹ ਵੀ ਮਿਲ ਜਾਂਦੀ ਆ, ਫਿਰ ਚਾਹ ਹੀ ਨਹੀਂ ਚੱਕਿਆ ਜਾਂਦਾ, ਪਰ ਅਫਸੋਸ ਉਦੋਂ ਹੁੰਦਾ ਵੀ ਜਿਹੜੀ ਸਟਾਲ ਤੇ ਤੁਸੀਂ ਪਹੁੰਚਣਾ ਹੋਵੇ ਉੱਥੇ ਆਲਰੇਡੀ ਪਹਿਲਾਂ ਹੀ ਇਕੱਠ ਲੱਗਿਆ ਹੋਵੇ ਤੇ ਫਿਰ ਜਿਹੜਾ ਉਹ ਚਾਹ ਤੇ ਖੁਸ਼ੀ ਨਾ ਅੱਧੇ ਵਿੱਚ ਅਲੱਗ ਹੋ ਜਾਂਦਾ, ਕਦੇ ਤੁਹਾਡੇ ਨਾਲ ਹੋਇਆ ਇਹ ਵੀ ਦੱਸਿਓ। ਪਰ ਫਿਲਹਾਲ ਮਨਪ੍ਰੀਤ ਤੇ ਰਣਦੀਪ ਸਾਡੀਆਂ ਦੋਨੋਂ ਭੈਣਾਂ ਤੇ ਉਸ ਤੋਂ ਬਾਅਦ ਸਾਡੇ ਨਾਲ ਬਿੰਦਰ ਗਹਿਲੋਤ ਜੀ ਅੱਜ ਬੜੇ ਦਿਨਾਂ ਬਾਅਦ ਜੁੜ ਚੁੱਕੇ ਨੇ, ਸੋ ਬਿੰਦਰ ਗਹਿਲੋਤ ਜੀ ਤੁਹਾਡੇ ਵੱਲ ਵੀ ਆਉਂਦੇ ਆ, ਪਰ ਪਹਿਲਾਂ ਰਣਦੀਪ ਕੌਰ ਤੇ ਮਨਪ੍ਰੀਤ ਕੌਰ ਸਾਡੇ ਨਾਲ, ਵੇਖੀਏ ਵੀ ਸਾਡੀਆਂ ਭੈਣਾਂ ਅੱਜ ਕਿਹੜੀ ਰੌਣਕ ਲਾਉਣਗੀਆਂ। ਪਹਿਲਾਂ ਤਾਂ ਵਿਆਹਾਂ ਦੀਆਂ ਗੱਲਾਂ ਡਿਟੇਲ ਦੇ ਵਿੱਚ ਸੁਣਾਂਗੇ ਵੀ ਕੀ ਇਹ ਗੱਲ ਸੱਚ ਹੈ ਵੀ ਜਿਹੜੀਆਂ ਭੈਣਾਂ ਜਦੋਂ ਵਿਆਹਾਂ ਦੇ ਵਿੱਚ ਜਾਂਦੀਆਂ ਨੇ ਤਾਂ ਇੱਕ ਦੂਜੇ ਦੇ ਸੂਟਾਂ ਨੂੰ ਵੇਖਦੀਆਂ ਨੇ, ਤੇ ਫਿਰ ਦੇਖਦੇ ਆ ਕੁਛ ਗੀਤ ਸੰਗੀਤ ਵੀ ਲਿਆਉਣਗੀਆਂ, ਮੈਨੂੰ ਲੱਗਦਾ ਇਕੱਠੀਆਂ ਆਈਆਂ ਨੇ ਪੁਣਿਆ ਸਾਂਝ। ਸੋ ਰਣਦੀਪ ਜੀ ਐਂਡ ਮਨਪ੍ਰੀਤ ਜੀ ਦੋਨਾਂ ਦਾ ਬਹੁਤ ਬਹੁਤ ਸਵਾਗਤ ਆਪਣੇ ਇਸ ਮੰਚ ਤੇ। ਸ਼ੁਕਰੀਆ, ਧੰਨਵਾਦ, ਸਤਿ ਸ੍ਰੀ ਅਕਾਲ ਜੀ, ਗੁੱਡ ਈਵਨਿੰਗ ਜੀ। ਰਣਦੀਪ ਜੀ ਨੇ ਮੋਰਚਾ ਮਾਰ ਲਿਆ ਕਿਉਂਕਿ ਮੇਰਾ ਨਾਮ ਪਹਿਲਾਂ ਇਹਨੂੰ ਚੁੱਪ ਨੀ ਕਰਨਾ ਚਾਹੀਦਾ ਸੀ, ਮੈਂ ਸੋਚੀ ਜਾ ਰਹੀ ਸੀ ਵੀ ਅੱਜ ਪਹਿਲਾਂ ਕਿਹੜੀ ਬੋਲੂਗੀ ਕਿਉਂਕਿ ਹਮੇਸ਼ਾ ਮਨਪ੍ਰੀਤ ਨੰਬਰ ਲੈਂਦੇ ਆ, ਅੱਜ ਰਣਦੀਪ ਵਿਨਰ ਬਣ ਗਏ ਬਈ। ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਹੈ ਨਾ, ਤੇ ਤੁਹਾਡਾ ਦੋਨਾਂ ਦਾ ਸਵਾਗਤ। ਹੁਣ ਮੈਨੂੰ ਐਂ ਦੱਸੋ ਵੀ ਵਿਆਹ ਦੇ ਵਿੱਚ ਇੰਟਰ ਕਰਦੇ ਆ, ਬੜੀ ਮਿਹਰਬਾਨੀ, ਕਿਹੜੀ ਚੀਜ਼ ਦਿਮਾਗ ਦੇ ਵਿੱਚ ਹੁੰਦੀ ਹੈ ਕਿ ਜਿਹੜੀ ਚੀਜ਼ ਸਾਡੇ ਮਨ ਚ ਸੋਚੀ ਹੁੰਦੀ ਹੈ ਸਾਨੂੰ ਮਿਲ ਜਾਂਦੀ ਹੈ, ਤੇ ਕੀ ਭੈਣਾਂ ਵਾਕਈ ਵਿਆਹਾਂ ਦੇ ਵਿੱਚ ਜਾ ਕੇ ਇੱਕ ਦੂਜੇ ਦੇ ਸੂਟਾਂ ਨੂੰ ਵੇਖਦੀਆਂ ਨੇ? ਵੈਸੇ ਦੇਖੋ ਮੈਂ ਖਾਣ ਪੀਣ ਦੇ ਤੌਰ ਤੇ ਤਾਂ ਮੈਨੂੰ ਕੋਈ ਨੀ, ਚਲੋ ਕੁਛ ਨੀ ਹੁੰਦਾ, ਜਿਹਾ ਜਿਹਾ ਵੀ ਆਪਾਂ ਖਾ ਕੇ ਖੁਸ਼ ਹਾਂ, ਮੈਂ ਕਦੇ ਵੀ ਨਗੋਚ ਨੀ ਕਰੀ, ਕੋਈ ਮੇਰੀ ਚੀਜ਼ ਫੇਵਰੇਟ ਨੀ ਹੈਗੀ ਮਨ ਪਸੰਦ, ਕੋਈ ਚੀਜ਼ ਇਹ ਨੀ ਹੈਗੀ ਕਿ ਮੈਨੂੰ ਪਸੰਦ ਨੀ। ਅੱਛਾ, ਆਪਾਂ ਜੋ ਵੀ ਕੁਛ ਮਿਲ ਜੇ ਵੀ ਖਾ ਕੇ ਰਾਜੀ ਹਾਂ ਮੈਂ। ਵੈਸੇ ਮੈਂ ਕੋਫਤਾ ਨੀ ਹੁੰਦਾ ਕਈ ਵਾਰੀ ਵਿਆਹ ਦੇ ਵਿੱਚ, ਮੈਂ ਉਹ ਖਾਣਾ ਬਹੁਤ ਪਸੰਦ ਕਰਦੀ ਹਾਂ ਪਨੀਰ ਨਾਲੋਂ, ਮੈਨੂੰ ਬਹੁਤ ਟੇਸਟੀ ਲੱਗਦਾ। ਔਰ ਬਾਕੀ ਰਹੀ ਗੱਲ ਚੱਲੇ ਤਾਂ ਖਾਣ ਪੀਣ ਦੀ, ਹੈ ਨਾ, ਸੂਟਾਂ ਦੀ, ਵੈਸੇ ਮੈਂ ਤਾਂ ਨੀ ਇੰਨਾ ਕਰਦੀ ਹੁੰਦੀ,
ਮੈਂ ਪਿੱਛੇ ਜੀਜੇ ਰਹੇ ਨਾਲ ਸੂਟ ਸੁਣਾਇਆ ਸੰਤਰੀ ਦਾ। ਅੱਛਾ। ਮੈਂ ਡਾਈ ਕਰਾਇਆ ਸੀ ਉਹ ਵਾਈਟ ਲੈ ਕੇ, ਬੜਾ ਪਸੰਦ ਕਰਿਆ ਉਹ, ਮੈਨੂੰ ਕਹਿੰਦੇ ਕਿੱਥੋਂ ਲਿਆ। ਮੇਰੇ ਨਾ ਦਿਮਾਗ ਚ ਪਹਿਲੇ ਸੀ ਜਦੋਂ ਤੁਸੀਂ ਕਿਹਾ ਨਾ ਕਿ ਸੂਟਾਂ ਨੂੰ ਮੈਂ ਪਸੰਦ ਨੀ ਕਰਦੀ, ਮੈਂ ਕਿਹਾ ਇਹ ਪੱਕਾ ਆਪ ਇਹੋ ਜਿਹੇ ਸੂਟ ਪਾਉਂਦੇ ਹੋਣਗੇ ਜਿਨ੍ਹਾਂ ਨੂੰ ਦੂਜੇ ਪਸੰਦ ਕਰਦੇ ਹੋਣਗੇ। ਇਹ ਕਿੱਥੋਂ ਲਿਆ, ਮੈਨੂੰ ਇੰਨੀ ਆਉਂਦੇ, ਪੁੱਛੋ ਮੈਂ ਹਰ ਵਿਆਹ ਚ ਜਾਵਾਂ ਮੇਰੇ ਸੂਟ ਤੇ ਅੱਖ ਹੁੰਦੀ, ਇਹਨਾਂ ਨੂੰ ਕਿੱਥੇ ਲਿਆ, ਮੈਂ ਲਿਆਉਂਦੀ ਸਮਾਣੇ ਸੀ ਜਿਆਦਾ ਖਾਸ ਕਰਕੇ। ਉਹ ਜਰੂਰ ਕਹਿਣਗੇ, ਮੈਂ ਕਿਹਾ ਮੈਨੂੰ ਤੇ ਕੋਈ ਨੀ ਵਧੀਆ ਲੱਗਿਆ, ਕਹਿਣਗੇ ਬਹੁਤ ਸੋਹਣਾ ਸੂਟ ਸੀ ਤੇਰਾ। ਅਰ ਬਾਕੀ ਰਹੀ ਗੱਲ ਐਤਕੀ ਅਸੀਂ ਗਏ ਹਨਾ ਬਰਾਤ, ਬਾਅਦ ਚੋ ਮਨਪ੍ਰੀਤ ਨਾਲ ਗੱਲ ਕਰੋ, ਪਹਿਲਾਂ ਮੇਰੀ ਪੂਰੀ ਹੋ ਲੈਣ ਦੋ। ਬਿਲਕੁਲ, ਅਸੀਂ ਗਏ ਐਤਕੀ ਵਿਆਹ ਹਨਾ, ਮੈਂ ਇਹਨੂੰ ਕਾਰਡ ਭੇਜਿਆ, ਮੈਂ ਆਖਿਆ ਆ ਜੇ ਚੱਲ ਤੁਸੀਂ ਉੱਥੇ, ਆਰਨੇ ਤੇ ਲੱਗਣਾ ਸੀ, ਮਿਲਣ ਨਾਲ ਦੇ ਲੜਕੇ ਦਾ ਵਿਆਹ ਸੀ 27 ਜਨਵਰੀ ਦੀ ਬਰਾਤ, ਮੈਨੂੰ ਕਹਿੰਦੇ ਠੀਕ ਹੈ, ਕਦੇ ਇਹ ਨਾ ਕਦੇ ਇਹ ਹਾਂ, ਕਦੇ ਮੈਂ ਹਾਂ ਕਰਦਾ ਕਰਾਂ, ਕਦੇ ਕਹਿੰਦਾ ਕਰਾਂ, ਮੈਂ ਕਹਿੰਦਾ ਨਾ ਆਈ ਨਾ। ਅਸੀਂ ਪੈਲਸ ਦੇ ਵਿੱਚ ਐਂਟਰ ਕਰੇ, ਇਹ ਕਹਿੰਦੀ ਮੈਂ ਆ ਗਈ ਰਣਦੀਪ, ਮੈਂ ਕਿਹਾ ਕਿੱਥੇ ਕਾ, ਕਹਿੰਦੀ ਮੈਂ ਸੰਗਰੂਰ ਰੋਡ ਤੇ, ਕਿੱਥੇ ਕਾ, ਕਹਿੰਦੀ ਪੈਲਸ, ਮੈਂ ਕਿਹਾ ਵੀ ਸੰਗਰੂਰ ਰੋਡ ਉੱਤੇ ਆਈ ਜਾਇਆ ਡੱਬੇ, ਵੀ ਚੱਲ ਤੁਸੀਂ ਆ ਜਾਓ ਫਲਾਣੀ ਪੈਲਸ ਹੈ। ਮੈਂ ਤਾਂ ਦੇਖੀ ਜਾਵਾਂ ਉਹ ਕੋਈ ਮਿਲਣੀ ਕਿ ਨਹੀਂ ਜਾਵੇ, ਕੋਈ ਐਂਟਰ ਕਰੇ, ਮੈਂ ਇਹਨਾਂ ਕਹਿੰਦੀ ਚੱਕੀ ਜਾਵਾਂ ਸੜਕ, ਕਹਿੰਦੀ ਕੰਨ ਦੇ ਮੇਰੇ ਫੋਨ, ਉਹ ਬੜੀ ਜੀ ਆਈ ਨਾ ਕਰੀ, ਗੱਡੀਆਂ ਸੱਚੀ ਆਉਣ, ਮੈਂ ਵਿਆਹ ਆ ਗਈ ਕਿੱਥੇ ਆਈ ਇਹ। ਅੱਛਾ, ਮਤਲਬ ਕਿ ਤੁਸੀਂ ਸਾਰੇ ਵਿਆਹ ਦੇ ਵਿੱਚ ਮਨਪ੍ਰੀਤ ਜੀ ਨੂੰ ਲੱਭਦੇ ਰਹੇ ਤੇ ਉਸ ਚੱਕਰ ਦੇਖ ਪਾਏ, ਸੋ ਆਜੋ ਮਨਪ੍ਰੀਤ ਜੀ ਪੇਸ਼ੀ ਪਾਓ ਫਿਰ ਹੁਣ। ਹਾਂਜੀ, ਮੈਂ ਤਾਂ ਤੁਸੀਂ ਤਾਂ ਸਵਾਲ ਆਏ ਰੱਖਿਆ ਜੀ ਹਨਾ, ਜਦੋਂ ਆਪਾਂ ਪੈਲਸ ਦੇ ਵਿੱਚ ਐਂਟਰ ਹੁੰਦੇ ਤੁਸੀਂ ਕੀ ਵੇਖਦੇ ਹੋ, ਤੁਹਾਨੂੰ ਮਿਲਦਾ ਨੀ, ਮੈਂ ਕਿਹਾ ਰਣਦੀਪ ਵਿਆਹ ਚ ਗਈ ਪੈਲਸ ਦੇ ਬਾਹਰ ਵੇਖੀ ਆ ਬਈ ਰੋਡ ਤੇ, ਮਨਪ੍ਰੀਤ ਕਿੱਥੇ ਆਈ। ਦੂਜੇ ਨੰਬਰ ਤੇ ਮੈਂ ਕਹਿੰਦੀ ਆ ਜੀ ਜਦੋਂ ਮੈਂ ਪੈਲਸ ਦੇ ਵਿੱਚ ਜਾਂਦੀ ਮੈਂ ਐਂ ਦੇਖਦੀ ਹੁੰਦੀ ਵੀ ਕੋਈ ਮੇਰੇ ਨਾਲ ਕਾਲਜ ਸਮੇਂ ਦਾ ਬੱਚਾ ਪੜ੍ਹਦਾ ਹੋਇਆ ਸਟੂਡੈਂਟ ਹਨਾ, ਜਾਂ ਕਲ ਸਕੂਲ ਵੇਲੇ ਦਾ ਮਿਲ ਜੇ ਨਾ, ਤੇ ਮੈਂ ਉਹਦੇ ਨਾਲ ਬਹਿ ਕੇ ਬਹੁਤ ਸਾਰੀਆਂ ਗੱਲਾਂ ਕਰਾਂ ਜੀ, ਮੈਂ ਆਹ ਚੀਜ਼ ਲੱਭਦੀ ਹੁੰਦੀ। ਵਾਕਈ ਬਿਲਕੁਲ ਮਨਪ੍ਰੀਤ ਜੀ, ਤੁਹਾਡੀ ਗੱਲ ਸਹੀ ਹੈ, ਕਿਉਂਕਿ ਵਿਆਹਾਂ ਦੇ ਵਿੱਚ ਹੀ ਅਜਿਹੇ ਸਬੱਬ ਬਣਦੇ ਨੇ ਜਦੋਂ ਸਾਨੂੰ ਵਿਛੜੇ ਹੋਏ ਭੈਣ ਭਰਾ, ਵਿਛੜੇ ਹੋਏ ਰਿਸ਼ਤੇਦਾਰ, ਔਰ ਵਿਛੜੇ ਹੋਏ ਸਾਡੇ ਸਕੂਲ ਦੇ, ਕਲਾਸ ਦੇ, ਕਾਲਜ ਦੇ ਜਿਹੜੇ ਦੋਸਤ ਸਹੇਲੀਆਂ ਮਿਲਦੇ ਨੇ। ਸੋ ਵਾਕਈ ਤੁਹਾਡੀ ਗੱਲ ਸਹੀ ਹੈ, ਇਹ ਮਨ ਨੂੰ ਸਕੂਨ ਦੇਣ ਵਾਲੀ ਗੱਲ ਵੀ ਹੁੰਦੀ ਹੈ। ਇਹ ਮੈਨੂੰ ਮੇਰੀ ਫਰੈਂਡ ਮਿਲੀ ਜੀ, ਉੱਥੇ 20 ਸਾਲਾਂ ਬਾਅਦ ਟੱਕਰ ਗਏ ਅਸੀਂ ਵਿਆਹ ਦੇ ਵਿੱਚ। ਅੱਛਾ, ਕਿਆ ਬਾਤ ਹੈ। ਹਾਂਜੀ, ਫਿਰ ਬਹੁਤ ਗੱਲਾਂ ਕੀਤਾ, ਖਾਣਾ ਦਾਣਾ ਤਾਂ ਫਿਰ ਕਿੱਥੇ ਜੀ, ਫਿਰ ਗੱਲਾਂ ਹੀ ਬਹੁਤ ਕੀਤੀਆਂ, ਗੱਲਾਂ ਨਾਲ ਹੀ ਢਿੱਡ ਭਰ ਲਿਆ। ਹਾਂਜੀ ਹਾਂਜੀ ਹਾਂਜੀ, ਚਲੋ ਜੀ ਹੁਣ ਅਸੀਂ ਮਾੜਾ ਜਿਹਾ ਕੁਛ ਸੁਣਾਵਾਂਗੇ ਜੀ। ਹਾਂ ਬਿਲਕੁਲ, ਅੱਜ ਮੈਂ ਸੁਣਨੇ ਆ ਕਿਉਂਕਿ ਮੈਂ ਗੱਲਾਂ ਤੇ ਗੀਤਾਂ ਦਾ ਪ੍ਰੋਗਰਾਮ ਰੱਖਿਆ, ਅੱਜ ਗੱਲਾਂ ਵੀ ਹੋਣਗੀਆਂ, ਗੀਤ ਵੀ ਹੋਣਗੇ। ਆਜੋ ਫਿਰ, ਚਲੋ ਜੀ ਰਣਦੀਪ ਜੀ। ਮੈਂ ਤੇ ਮਾਹੀ ਦੋ ਜਣੇ ਉੱਤੋਂ ਚੰਨ ਚਾਨਣੀ ਰਾਤ ਓਏ, ਬੈਠ ਹੂੰ ਗਾਰਾ ਮੈਂ ਪਰਾਂ, ਮੇਰਾ ਢੋਲਣਾ ਪਾਉਂਦਾ ਬਾਤ ਓਏ, ਪਲ ਪਲ ਕਰਕੇ ਗੁਜ਼ਰ ਗਈ ਸਾਡੀ ਸਗਣਾ ਵਾਲੀ ਰਾਤ ਓਏ, ਹੱਥ ਦੇ ਕੇ ਰੱਖੀ ਦਾਤਿਆ ਮਿਲ ਗਿਆ ਦੇ ਮੇਲ ਓਏ ਰੱਬਾ, ਛੰਨਾ ਭਰਿਆ ਦੁੱਧ ਦਾ ਕੋਈ ਰੱਖ ਗਿਆ ਸਾਡੇ ਕੋਲ ਓਏ, ਕੁੱਟ ਕੁੱਟੀ ਪੀ ਗਏ ਫਿਰ ਮੈਂ ਤੇ ਮੇਰਾ ਢੋਲ ਓਏ, ਓਛੀ ਮਾੜੀ ਆਪ ਤੋਂ ਸਾਡਾ ਪਿਆਰ ਬੜਾ ਹੀ ਸੋਲ ਓਏ, ਲੱਗੀਆਂ ਦੀ ਲਾਜ ਰੱਖ ਲਈ, ਲੱਗੀਆਂ ਦੀ ਲਾਜ ਰੱਖ ਲਈ, ਸੰਦਲੀ ਪੈੜਾਂ ਪੈਂਦੀਆਂ ਜਿੱਥੋਂ ਲੰਘਦਾ ਮੇਰਾ ਦਿਲਦਾਰ ਓਏ, ਮਾਣੇ ਰਾਜ ਜਵਾਨੀਆਂ ਸਾਡੀ ਜਿੰਦ ਦਾ ਦਾਵੇਦਾਰ ਓਏ, ਨਾਤਾ ਕੈਸਾ ਜੁੜ ਗਿਆ
जिन चन नाल परवार होए छड़ के ना जावी तोलना छड़ के ना जामी रांझना अंबरी तारे छुप गए साड़ी अजे बुझी ना प्यास होए आन नसीबा वालड़े जिन्ना आन महबतां रास होए पिंदे सारा जो वालिया साड़े उम्रां तक दा सास होए छड के ना जावी रांझना छड के ना जावी चन ओए छड के ना जावी तोलना। धन्यवाद। क्या बात है, क्या बात है। साडिया दोवों भैणा दी आवाज बा कमाल, ते गल्लां उस तो भी कमाल दिया। ते आज बहुत ही सोहना गीत, बहुत सोहनिया गल्लां तुहाडियां। साडे बहुत सारे स्रोते जेहड़े लगातार सुनेहे हमेशा दी तरह अज भी भेज रहे ने। बलवीर सैनी जी चंडीगढ़ तो मैसेज भेज रहे ने जी। मनप्रीत ते रणदीप बहुत वधिया गा रहियां ने। बलवीर सैनी जी चंडीगढ़ तो थम्स अप तुहाडे वास्ते पहुंच गए ने। मनप्रीत जी मानसा वाले भी पसंद कर रहे ने जी, कहिंदे बहुत सोहना गीत गाया। ते नाल नाल साडे कोले दविंदर जी ब्रिस बेन तो पहुंच गए ने। दविंदर जी कह रहे कि भैणां दियां गल्लां बहुत खूब सोहना रंग बनिया, कहिंदे इत्थे असीं विआहां दे विच जांदे आ, डेकोरेशनां ते सूटां नूं जरूर वेखदे आ आस्ट्रेलिया दे विच खास तौर ते। कहिंदे जे असीं अपनी गल करिए तां वाकई सूट जिहड़े आ साडी प्रायोरिटी ते रहिंदे ने। सो शुक्रिया दविंदर जी ते शुक्रिया मनप्रीत जी, रणदीप जी तुहाडा इस मंच ते आउण दे लई प्रोग्राम नाल। गगन जी ओह ना कहंदे हुंदे तुसी दा टॉपिक मैं बाहर गल रिपीट करदी आं। मैं कहा भी लोकी दे पैलेस दे अंदर जाके सूट डेकोरेशन वेंदे खान पीने, रणदीप बाहर रोड ते मनप्रीत नूं वेंदी है जी। नहीं मैं ये कहनी हां ए नूं बोलन देवे, मेरी गल कदे पूरी नहीं। मैनूं ते डर लगी जांदा वी विच ना बोल पई। जिंदगी जिंदगी हमेशा अधूरी है, तेरी गल भी अधूरी रहनी आ। क्या बात है। सो हुण मैनूं पता लग गया मनप्रीत जी भी रणदीप जी जिहड़े आ पैलेस दे अंदर तुहानूं लभ नहीं सी, तुसीं तां लुक के बैठे सी। ओह कहिंदे मैं लुकण विच ही खेडणा नहीं, मैं कारां ही वेखदी आं डिजाइन वालियां, इस करके तुहाडी गेम अधूरी रहि गई अज। मैं सूट तां कदे वी नहीं किसे दा वेंदी, मैं कहिंदी जिहड़ा मेरे पाया ए सारे नालों सोहणा। वाह, मतलब सारे लोग आने अभी वेखते नहीं किसी का, पता लग गया मैं। हाँ जी चलो जी, बहुत टाइम लाया जी, शुक्रिया मेहरबानी। शुक्रिया जी, साडिया दोवां भैणां दा इस मंच ते आउंदियां ने, रौनक ला जांदियां ने। लो फिर हुण आपां चलदे आं बिंदर गहलोत जी वल। अज बड़े दिनां बाद सानूं इन्हां दी आवाज सुनन नूं मिलनी है इस मंच ते पौने आ सांझ। ते पुछदे आं फिर बिंदर गहलोत जी नूं, विआहां दे विच जांदे हो ते किहड़ियां किहड़ियां चीजां ने मन दे विच, इच्छा दे विच रखियां हुण जांदियां नूं मिल गईयां हुण, ते किहड़ियां ਉਹ ਚੀਜ਼ਾਂ ਜਿਹੜੀਆਂ ਮਨ ਦੇ ਵਿੱਚ ਇੱਛਾ ਰੱਖੀ ਹੋਵੇ ਤੇ ਮਿਲੀਆਂ ਹੀ ਨਾ ਹੋਣ ਤੇ ਫਿਰ ਵਿਆਹ ਫਿੱਕਾ ਜਾ ਲੱਗਿਆ ਹੋਵੇ। ਵੈਸੇ ਆਹ ਵੀ ਇੱਕ ਜਿਹੜਾ ਹੈ ਨਾ ਗੱਲ ਹੁੰਦੀ ਹੈ ਨਾ, ਜੇ ਵਿਆਹ ਦੇ ਵਿੱਚ ਤੁਹਾਨੂੰ ਮਜ਼ਾ ਨਾ ਆਵੇ, ਤੁਹਾਡੇ ਪਸੰਦ ਦੀ ਚੀਜ਼ ਨਾ ਹੋਵੇ, ਤੇ ਮਗਰੋਂ ਆ ਕੇ ਅਸੀਂ ਇਹੀ ਕਹਿੰਦੇ ਹੁੰਦੇ ਫਿੱਕਾ ਜਿਹਾ ਵਿਆਹ ਸੀ, ਬਸ ਠੀਕ ਸੀ, ਸ਼ਗਨ ਦੇ ਆਏ ਜਾਏ ਆਏ। ਸੋ ਇਹ ਗੱਲਾਂ ਕਿੰਨੇ ਕੁ ਲੋਕਾਂ ਨੂੰ ਕਹਿੰਦੇ ਸੁਣਿਆ, ਕਦੇ ਕੋਈ ਅਜਿਹਾ ਕਿੱਸਾ ਹੋਵੇ ਤੇ ਉਹ ਵੀ ਦੱਸ ਸਕਦੇ ਹੋ। ਫਿਲਹਾਲ ਬਿੰਦਰ ਗਹਿਲੋਤ ਜੀ ਸਾਡੇ ਨਾਲ। ਬਿੰਦਰ ਗਹਿਲੋਤ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ। ਰੇਡੀਓ ਚੰਨ ਪਰਦੇਸੀ ਤੇ ਕਾਲ ਲਗਾਉਣਾ ਤੋਂ ਇੱਕ ਬਹਾਨਾ ਥਾ। ਰੇਡੀਓ ਚੰਨ ਪਰਦੇਸੀ ਤੇ ਕਾਲ ਲਗਾਉਣਾ ਤੋਂ ਇੱਕ ਬਹਾਨਾ ਥਾ, ਆਪ ਯਾਦ ਕਰੇ ਨਾ ਕਰੇ ਬਸ ਆਪਕੀ ਯਾਦ ਆਤੀ ਇਤਨਾ ਹੀ ਆਪਕੋ ਬਤਾਨਾ ਥਾ। ਗਗਨ ਸਿਸਟਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਕਿਆ ਬਾਤ ਹੈ ਬਿੰਦਰ ਗਹਿਲੋਤ ਜੀ। ਸੋ ਵਾਕਈ ਸਾਨੂੰ ਸਾਰੇ ਸਾਡੇ ਪਰਿਵਾਰ ਦੇ ਮੈਂਬਰਾਂ ਦੀ ਯਾਦ ਆਉਂਦੀ ਹੈ, ਹਕੀਕਤ ਬਿਆਨ ਕੀਤੀ ਹੈ ਤੁਸੀਂ ਆਪਣੀ ਰਚਨਾ ਦੇ ਵਿੱਚ, ਇਸ ਸ਼ਾਇਰੀ ਦੇ ਵਿੱਚ। ਸੋ ਇਹਨਾਂ ਦਿਨਾਂ ਦੀ ਗੈਰ ਹਾਜ਼ਰੀ ਦਾ ਸਬਬ ਕੀ ਰਿਹਾ, ਤੇ ਸਭ ਤੋਂ ਪਹਿਲਾਂ ਤੇ ਸਾਨੂੰ ਵਾਕਈ ਬੜੀ ਖੁਸ਼ੀ ਹੋਈ, ਬੜੇ ਦਿਨਾਂ ਬਾਅਦ ਅੱਜ ਤੁਹਾਡੀ ਆਵਾਜ਼ ਸੁਣ ਰਹੇ ਹਾਂ, ਤੇ ਫਿਰ ਆਪਾਂ ਵਿਆਹਾਂ ਦੀਆਂ ਗੱਲਾਂ ਤੇ ਫਿਰ ਆਵਾਜ਼ ਦੇ ਵਿੱਚ ਵਿਆਹਾਂ ਦੇ ਨਾਲ ਜੁੜਿਆ ਇੱਕ ਰੰਗ ਵੀ ਸੁਣਾਂਗੇ। ਦੇਖੋ ਜੀ ਤੁਹਾਨੂੰ ਪਤਾ ਹੀ ਮਾੜਾ ਮਾੜਾ ਚੱਲਿਆ, ਇੱਧਰ ਉੱਧਰ ਜ਼ਿੰਦਗੀ ਦਰ ਜਿਵੇਂ ਹੁੰਦੇ ਨੇ ਹਨਾ, ਕਿਤੇ ਕੋਈ ਕੰਮ ਪੈ ਜਾਂਦਾ ਜਾਂ ਕਿਤੇ ਹੋਰ ਕਿਸੇ ਦਾ ਟਾਈਮ ਨਹੀਂ ਹੁੰਦਾ। ਅੱਜ ਥੋੜਾ ਟਾਈਮ ਲੱਗਿਆ ਸੀ ਔਰ ਤੁਹਾਡੀ ਯਾਦ ਆਈ, ਸਾਰੇ ਦੋਸਤਾਂ ਦੀ ਯਾਦ ਆਈ, ਚਲੋ ਮੈਂ ਕੁਝ ਸਾਂਝ ਪਾਉਂਦੇ ਹਾਂ। ਕਿਆ ਬਾਤ ਹੈ। ਤੇ ਸਭ ਤੋਂ ਪਹਿਲਾਂ ਦੋਨਾਂ ਹੀ ਭੈਣਾਂ ਦਾ ਬਹੁਤ ਬਹੁਤ ਧੰਨਵਾਦ, ਬੜਾ ਹੀ ਸੋਹਣਾ ਸੌਂਗ ਸੁਣਾਇਆ, ਕਾਫੀ ਟਾਈਮ ਬਾਅਦ ਸੁਣਿਆ, ਸੁਣ ਕੇ ਬਹੁਤ ਚੰਗਾ ਲੱਗਿਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਗਾਇਆ। ਦੋਨਾਂ ਭੈਣਾਂ ਨੂੰ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਵਾਹ, ਨਾਲ ਆਪਾਂ ਤਾੜੀਆਂ ਵੀ ਮਾਰਦੇ ਹਾਂ। ਸੋ ਵਾਕਈ ਅੱਜ ਬਹੁਤ ਸੋਹਣੀ ਪਰਫਾਰਮੈਂਸ ਰਹੀ ਹੈ ਇਸ ਮੰਚ ਤੇ ਸਾਡੀਆਂ ਭੈਣਾਂ ਦੀ। ਬਿਲਕੁਲ ਹਾਂਜੀ ਹਾਂਜੀ,
ਤੇ ਬਾਕੀ ਤੁਸੀਂ ਹੁਣ ਗੱਲ ਕਰ ਰਹੇ ਹੋ ਵੀ ਵਿਆਹ ਤੇ ਆਪਾਂ ਜਾਂਦੇ ਹਾਂ ਹਨਾ, ਜਿਵੇਂ ਭੈਣਾਂ ਦੀ ਗੱਲ ਕੀਤੀ ਤਾਂ ਅੱਜ ਮੈਂ ਤੁਹਾਨੂੰ ਭਰਾਵਾਂ ਦੀ ਗੱਲ ਵੀ ਦੱਸੂਗਾ। ਅੱਛਾ ਅੱਠ ਵੱਟ ਕੈਟਾਗਰੀ ਦੀ ਗੱਲ ਦੱਸੂਗਾ ਤੁਹਾਨੂੰ ਅੱਜ ਮੈਂ, ਠੀਕ ਹੈ। ਕਿਹੜੀ ਕੈਟਾਗਰੀ ਦੇ ਬੰਦੇ ਇਕੱਠੇ ਹੁੰਦੇ ਨੂੰ ਕਿਹੜੀਆਂ ਗੱਲਾਂ ਕਰਦੇ ਨੇ, ਕਿਹੜੀ ਕੈਟਾਗਰੀ ਦੇ ਇਕੱਠੇ ਹੋ ਕੇ ਕਿਹੜੀਆਂ ਗੱਲਾਂ ਕਰਨਗੇ? ਭੈਣਾਂ ਦੀ ਗੱਲ ਕਰਦੇ ਆ, ਭੈਣਾਂ ਜਦੋਂ ਕਿਤੇ ਵਿਆਹ ਸ਼ਾਦੀ ਜਾਂਦੀਆਂ ਨੇ ਕਿਤੇ ਭੋਗਦੇ ਜਾਂਦੇ ਨੇ, ਉਹ ਸੂਟਾਂ ਦੀ ਗੱਲ ਕਰਨਗੇ, ਤੇਰਾ ਸੂਟ ਏਦਾਂ ਦਾ ਆਇਆ ਹਨਾ, ਆ ਵੇਖੀ ਮੈਂ ਕੋਲ ਸੂਟ ਸਵਾਇਆ ਸੀ ਉਹਨੇ ਏਦਾਂ ਕੀਤਾ, ਆ ਏਦਾਂ ਕੀਤਾ, ਕਢਾਈ ਏਦਾਂ ਦੀ, ਤੇਰੀ ਚੁੰਨੀ ਦਾ ਦੇਖੀ ਰੰਗ ਥੋੜਾ ਜਿਹਾ ਏਦਾਂ ਹਨਾ, ਸਿੱਕਾ ਥੋੜਾ ਜਿਹਾ ਪੂਰਾ ਹੁੰਦਾ ਵਧੀਆ ਲੱਗਦਾ। ਇੱਕ ਚੀਜ਼ ਮੈਨੂੰ ਬੜੀ ਇੱਕ ਚੀਜ਼ ਬੜੀ ਹੱਥ ਵਾਲੀ ਮਿਲਦੀ ਹੈ, ਵਿਆਹ ਸ਼ਾਦੀ ਜਾਂਦੇ ਨਾ ਆਪਾਂ ਮੈਰਿਜ ਜਾਂਦੇ ਆ, ਕਦੇ ਸਭ ਤੋਂ ਵੱਧ ਚੈੱਕ ਕਰੇ ਸਭ ਤੋਂ ਵੱਧ ਕੱਟ ਕਿਹੜੀ ਸਟਾਲ ਤੇ ਹੁੰਦਾ ਤੁਸੀਂ ਦੇਖਿਆ ਕਦੇ? ਗੋਲ ਗੱਪਿਆਂ ਦੀ। ਹਾਂ ਦਿਲ ਦੀ ਗੱਲ ਤੁਸੀਂ ਬਿਲਕੁਲ ਸਹੀ ਕਹਿੰਦੇ, ਗੋਲ ਗੱਪੇ ਤੇ ਨਿਊਡਲਸ ਵਗੈਰਾ ਇਹ ਚੀਜ਼ ਤੇ ਸਭ ਤੋਂ ਵੱਧ ਕੱਟ ਹੁੰਦਾ। ਮੈਂ ਚੀਜ਼ ਦੇਖੀ ਹੈ ਹਕੀਕਤ, ਮੈਂ ਮੈਰਿਜ ਤੇ ਗਿਆ ਸੀਗਾ ਔਰ ਗੋਲ ਗੱਪੇ ਜਿਹੜੀ ਤੇ ਮਤਲਬ ਸਟਾਲ ਤੇ ਪੂਰਾ ਕੱਟ, ਦੂਸਰਾ ਜਦੋਂ ਨਿਊਡਲਸ ਵਾਲੇ ਨੇ ਜਦੋਂ ਨਿਊਡਲਸ ਪਹਿਲਾਂ ਤਿਆਰ ਕਰਕੇ ਉਹਨਾਂ ਨੇ ਮਤਲਬ ਪਲੇਟਾਂ ਰੱਖੀਆਂ ਤੇ ਮਤਲਬ ਮੈਂ ਹੁਣ ਤੁਹਾਨੂੰ ਕੀ ਦੱਸਾਂ ਵੀ ਇਹ ਟੁੱਟ ਕੇ ਪੈ ਗਏ, ਜਿਵੇਂ ਹੁਣ ਟੀਵੀ ਆਪਾਂ ਹੁਣ ਸਮਝ ਤੋਂ ਬਾਹਰ ਹੋ ਗਈ ਮੇਰੀ ਗੱਲ, ਅੱਜ ਤਾਂ ਖਾਸੇ ਆਪਣੀ ਉਹਨਾਂ ਨੇ ਵੀਡੀਓ ਬਣਾ ਕੇ ਲੱਗੇ ਹੋਏ ਸੀਗੇ, ਮਤਲਬ ਨੂਡਲਾਂ ਦੇ ਧਾਗੇ ਸਾਰੇ ਉਲਝ ਗਏ ਫਿਰ, ਧਾਗੇ ਸਾਰੇ ਉਲਝ ਗਏ ਜੀ। ਇਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਵੀ ਉਹਨੇ 5 ਮਿੰਟ ਤਾਂ ਰੱਖੇ ਨੂੰ ਹੋਏ ਗੋਲੀ, 5 ਮਿੰਟ ਮਤਲਬ ਪੂਰੀ ਸਟਾਲ ਸਾਫ਼ ਕਰਤੀ ਸੀ ਉਹਨੇ, ਮਤਲਬ ਬਸ ਵੀਡੀਓ ਬਣਾਉਣ ਦੀ ਲੱਗੇ ਹੋਏ ਸੀਗੇ ਮੇਰੇ ਨਾਲ, ਇੱਕ ਮੇਰੇ ਤਾਇਆ ਜੀ ਦਾ ਲੜਕਾ ਸੀਗਾ ਦੋਨੋਂ ਸੀਗੇ, ਅੱਜ ਤਾਂ ਬਸ ਵੇਖ ਵੇਖ ਕੇ ਹੱਸੀਗਾ ਵੀ ਮੈਂ ਦੇਖੋ ਵੀ ਆਹ ਕੀ ਸਿਸਟਮ ਹੈਗਾ। ਬਾਕੀ ਗੱਲ ਤੁਹਾਡੀ ਸਹੀ ਹੈ ਔਰ ਬਾਕੀ ਮੈਂ ਗੱਲ ਕਰਦਾ ਹੁਣ ਅੱਗੇ ਜਿਵੇਂ ਹੋਰ ਜਿਵੇਂ ਸਾਡੀ ਕੈਟਾਗਰੀ ਦੇ ਕੁਝ ਲੋਕ ਆ ਗਏ ਨੇ ਜਿਹੜੇ ਕਿਸਾਨ ਭਾਈ ਨੇ, ਉਹ ਵਿਚਾਰੇ ਗੱਲ ਕਰਨਗੇ ਯਾਰ ਫਸਲ ਵਧੀਆ ਸੀ ਐਤਕੀ ਨਾ ਥੋੜੀ ਮੀਂਹ ਨੇ ਖਰਾਬ ਕਰਤੀ, ਏਦਾਂ ਹੋ ਗਿਆ ਜੇ ਹੋ ਗਿਆ, ਜਿਹੜੇ ਠੇਕੇ ਵਾਲੇ ਨੇ ਉਹ ਕਹਿਣਗੇ ਦਾਰੂ ਵਧੀਆ ਸੀ, ਪਤਾ ਨੀ ਕੀ ਗੱਲ ਇਹਨੇ ਕੰਜਲ ਨੇ ਕੁਝ ਵਿੱਚ ਪਾ ਤਾ, ਥੋੜਾ ਜਿਹਾ ਨਸ਼ਾ ਜਿਹਾ ਘੱਟ ਕੀਤਾ, ਘੰਟਾ ਕੁ ਨਸ਼ਾ ਸਹੀ ਰਹਿੰਦਾ। ਤੇ ਜਿਹੜੇ ਅਸੀਂ ਜਿਵੇਂ ਆ ਗਏ ਸਾਡੀ ਹੁਣ ਸਿੰਗਿੰਗ ਵਾਲੀ ਲਾਈਨ ਹੈ ਤੇ ਅਸੀਂ ਕਿਤੇ ਜਦੋਂ ਇਕੱਠੇ ਹੁੰਦੇ ਨਾ ਲਾਲੋ ਸਾਡੀ ਜਿਹੜੇ ਮਤਲਬ ਕੁਝ ਯਾਰ ਦੋਸਤ ਹੁੰਦੇ ਨੇ, ਮੈਂ ਕਹਿ ਦੂ ਅਸੀਂ ਐਂ ਗੱਲਾਂ ਕਰਦੇ ਯਾਰ ਇੱਥੇ ਆ ਬੰਦੇ ਨੇ ਵਧੀਆ ਗਾਇਆ ਹਨਾ, ਥੋੜਾ ਜਿਹਾ ਥੋੜੇ ਨਾ ਥੱਲੇ ਉੱਪਰ ਹੋ ਗਿਆ ਥੋੜਾ ਜਿਹਾ ਹਨਾ, ਆ ਥੋੜੀ ਜਿਹੀ ਨਾ ਇੱਥੇ ਆ ਸਾਊਂਡ ਵਾਲੀ ਦਿੱਕਤ ਆ, ਥੋੜੀ ਜਿਹੀ ਮਜੀਸ਼ੀਅਨਾਂ ਦੇ ਵਿੱਚ ਕਮੀ ਸੀ, ਅਸੀਂ ਏਦਾਂ ਦੀ ਗੱਲਾਂ ਕਰਦੇ ਹਾਂ ਜੀ। ਆਪੋ ਆਪਦੀ ਵੈਸੇ ਕੈਟਾਗਰੀ ਹੁੰਦੇ ਜਿਹੜੇ ਪੜ੍ਹਾਈ ਨਾਲ ਰਿਲੇਟਡ ਰੱਖਦੇ ਨੇ ਪੜ੍ਹਾਈ ਦੀ ਗੱਲ ਕਰਦੇ ਨੇ, ਬਿਲਕੁਲ, ਤੇ ਭੈਣਾਂ ਸਾਹਿਬ ਚੜੀਆਂ ਕਰਨੀਆਂ ਐਵੇਂ ਬਦਨਾਮ ਨੇ ਵੈਸੇ। ਸਹੀ ਗੱਲ ਹੈ, ਮਤਲਬ ਗੱਲ ਤੇ ਸਾਰੇ ਕਰਦੇ ਨੇ, ਹਰ ਇੱਕ ਆਪਣੇ ਟੇਸਟ ਦੇ ਅਨੁਸਾਰ ਆਪਣੀ ਸੋਚ ਦੇ ਅਨੁਸਾਰ ਗੱਲਾਂ ਦੀ ਸਾਂਝ ਪੈਂਦੀ ਹੈ, ਮਨ ਚ ਵਿਚਾਰ ਰੱਖੇ ਹੁੰਦੇ ਨੇ, ਪਰ ਹਾਂ ਸੂਟ ਥੋੜੇ ਜਿਹੇ ਜਿਆਦਾ ਚਰਚਾ ਚ ਆ ਜਾਂਦੇ ਨੇ। ਹਾਂ ਸੂਟ ਥੋੜੀ ਚਰਚਾ ਜਿਆਦਾ ਹੁੰਦੀ ਹੈ ਕਿਉਂਕਿ ਮੈਂ ਇਹ ਚੀਜ਼ ਮੈਂ ਇੱਕ ਦੋ ਦਿਨ ਪਹਿਲਾਂ ਦੀ ਗੱਲ ਮੈਂ ਇਹ ਦੇਖਿਆ ਕਿ ਸਿੱਖਿਆ, ਮੈਂ ਕੋਈ ਐਕਸਪੈਰੀਸ ਭੋਗ ਤੇ ਗਿਆ ਤੇ ਮਤਲਬ ਬਾਬਾ ਜੀ ਦੀ ਗੱਲ ਤਾਂ ਕੋਈ ਭੈਣ ਸੁਣੀ ਨਹੀਂ ਸੀ ਆਪ ਤੇ, ਮਤਲਬ ਉਹਨੇ ਆਪਦਾ ਹੀ ਮਤਲਬ ਜਿਵੇਂ ਕਹਿੰਦੇ ਨੇ ਆਪਦਾ ਉਹਨੇ ਭਾਸ਼ਣ ਦੇਣਾ ਸ਼ੁਰੂ ਕਰ ਰੱਖਿਆ ਸੀਗਾ, ਮੈਂ ਕਹਿੰਦਾ ਵੀ ਥੋੜੇ ਬਾਬਾ ਜੀ ਦੀ ਗੱਲ ਵੀ ਸੁਣਨੀ ਚਾਹੀਦੀ ਹਨਾ, ਜਿਵੇਂ ਕਿਤੇ ਜਾਂਦੇ ਆਪਾਂ, ਪਰ ਉਹੀ ਗੱਲ ਚਲੋ ਮਸਾਂ ਚਾਰੇ ਇਕੱਠੀਆਂ ਹੁੰਦੀਆਂ ਨੇ, ਕੋਈ ਗੱਲ ਕਈਆਂ ਭੈਣਾਂ ਤਾਂ ਮਤਲਬ ਭੋਗ ਦਾ ਵਿਆਹ ਚ ਨੱਚਾ ਹੁੰਦਾ। ਕਿਆ ਬਾਤ ਹੈ ਬਿੰਦਰ ਜੀ, ਗੱਲ ਤੇ ਵਾਕਈ ਤੁਹਾਡੀ ਦਿਲ ਨੂੰ ਛੂਹਣ ਵਾਲੀ ਹੈ ਤੇ ਸੋਚਣ ਵਿਚਾਰਨ ਵਾਲੀ ਵੀ ਹੈ। ਬਾਕੀ ਮੈਂ ਭੀਮ ਸੈਨ ਜੀ ਦੀ ਗੱਲ ਛੋਟੀ ਹੁਣ ਲੱਗਦੀ, ਅਸੀਂ ਭੀਮ ਸੈਨ ਜੀ ਤੇ ਤਵਾ ਧਾਰੀ ਲਈ ਗੱਲ ਚੰਗੀ ਰਹੂਗੀ। ਅੱਛਾ, ਧਰੋ ਧਰੋ, ਭੀਮ ਸੈਨ ਜੀ ਨੇ ਜਿਹੜੇ ਵਿਆਹ ਚ ਜਾ ਕੇ ਬੋਲੀ ਪਾਈ ਸੀ, ਉਸ ਤੋਂ ਬਾਅਦ ਭਾਬੀ ਨੇ ਵਿਆਹ ਚ ਜਾਣ ਨੀ ਦਿੱਤਾ ਘਰੇ, ਤਾਂ ਹੀ ਘਰੇ ਬਿਠਾ ਕੇ ਰੱਖੇ ਹੋਏ ਨੇ, ਤਾਂ ਘਰੇ ਬਿਠਾ ਕੇ ਰੱਖਿਆ ਵੀ ਭਰਾਵਾ ਭਾਈ ਸਿੱਧਾ ਸਿੱਧਾ ਕਿਹਾ ਵੀ ਜੇ ਆਪਣੇ ਡੈਡੀ ਟੱਪਿਆ ਠੀਕ ਹੈ ਤੇ ਸ਼ਾਮ ਦੀ ਰੋਟੀ ਦਾ ਪ੍ਰਬੰਧ ਕਿਤੇ ਹੋਰ ਹੀ ਕਰ ਲਈ ਆਉਂਦਾ, ਤਾਂ ਹੀ ਉਹ ਰੋਟੀ ਨਹੀਂ ਮਿਲਦੀ ਇਹਨਾਂ ਨੂੰ, ਹੁਣ ਪਤਾ ਲੱਗ ਗਿਆ ਇਹਦਾ ਕਾਰਨ ਹੀ ਇਹੀ ਹੈਗਾ ਠੀਕ ਹੈ, ਬਾਅਦ ਦੇ ਵਿੱਚ ਵਕੀਲਾਂ ਕੋਲ ਕੇਸ ਲਾਉਂਦਾ ਫਿਰਦੇ ਨੇ। ਸਹੀ ਗੱਲ ਹੈ। ਸੋ ਵਾਕਈ ਬਿੰਦਰ ਜੀ ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਸਾਰਿਆਂ ਦੇ ਜ਼ਹਿਨ ਦਾ ਹਾਲ ਬਿਆਨ ਕੀਤਾ ਹੈ ਕਿ ਹਰ ਬੰਦਾ ਮਨ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਰੱਖਦਾ। ਹਾਂ, ਗੱਲ ਹੁੰਦੀ ਹੈ ਚਾਚਾ ਸੁੱਟਾਂ ਦੀ ਜ਼ਿਆਦਾ ਹੋ ਜਾਂਦੀ ਹੈ, ਭੈਣਾਂ ਦੀ ਵੀ ਹੋ ਜਾਂਦੀ ਹੈ ਕਿਉਂਕਿ ਭੈਣਾਂ ਦੀਆਂ ਕਹਾਣੀਆਂ ਹੀ ਇੰਨੀਆਂ ਸੋਹਣੀਆਂ ਸਾਨੂੰ ਦੇਖਣ ਨੂੰ ਮਿਲ ਜਾਂਦੀਆਂ ਨੇ, ਫਿਰ ਮੱਲੋ ਮੱਲੀ ਗੱਲ ਉੱਥੇ ਹੀ ਜਾਂਦੀ ਹੈ। ਬਾਕੀ ਮੈਂ ਇੱਕ ਬਹੁਤ ਵਧੀਆ ਲੱਗਿਆ, ਮੈਂ ਕਿ ਅੱਜ ਤੁਸੀਂ ਮੈਨੂੰ ਬਹੁਤ ਕੀਮਤੀ ਟਾਈਮ ਤਾਂ ਚਲੋ ਤੁਹਾਡੇ ਨਾਲ ਗੱਲਬਾਤ ਹੋਈ ਸਾਰੇ ਦੋਸਤਾਂ ਨਾਲ, ਅਗਰ ਜੇ ਮੇਰੇ ਤੋਂ ਕਿਸੇ ਬਾਰੇ ਕੁਝ ਬੋਲਿਆ ਗਿਆ ਹੋਵੇ ਤਾਂ ਮੈਂ ਦੋਵੇਂ ਹੱਥ ਜੋੜ ਕੇ ਮਾਫੀ ਚਾਹਨਾ, ਇੰਨੀ ਹਾਜ਼ਰੀ ਕਬੂਲ ਕਰਿਓ, ਸਤਿ ਸ੍ਰੀ ਅਕਾਲ ਜੀ। ਬਿਲਕੁਲ ਬਿੰਦਰ ਜੀ, ਬਹੁਤ ਵਧੀਆ ਲੱਗਿਆ ਕਿ ਤੁਸੀਂ ਬੜੇ ਦਿਨਾਂ ਬਾਅਦ ਇਸ ਮੰਚ ਤੇ ਆਏ, ਈਵਨ ਕਿ ਅਸੀਂ ਤਾਂ ਅੱਜ ਚਾਹੁੰਦੇ ਸੀ ਵੀ ਤੁਸੀਂ ਦੋ ਬੋਲ ਸਾਨੂੰ ਸੁਣਾ ਕੇ ਵੀ ਜਾਓ ਕਿਉਂਕਿ ਤੁਹਾਡੀ ਆਵਾਜ਼ ਵਧੀਆ। ਮੈਂ ਨਾ ਹੁਣ ਨੈਕਸਟ ਟਾਈਮ ਤੋਂ ਫਿਰ ਤਿਆਰੀ ਕਰੂੰਗਾ ਗਗਨ ਜੀ, ਮੈਂ ਹੁਣ ਬੋਲੀਆਂ ਦੀ ਮੇਰੇ ਕੋਲ ਬੁੱਕਸ ਆਈ ਹੈ, ਕਿਤਾਬ ਆਈ ਹੈ, ਮੈਂ ਫਿਰ ਤੁਸੀਂ ਨਾ ਤਿਆਰੀ ਕਰ ਲਿਓ ਕਿਉਂਕਿ ਕੱਲ ਆਪਾਂ ਬੋਲੀਆਂ ਦਾ ਤੇ ਮੈਂ ਉਹ ਤੁਹਾਨੂੰ ਨੈਕਸਟ ਟਾਈਮ ਜ਼ਰੂਰ ਮੈਂ ਪਸੰਦ ਸਾਂਝ ਪਾਵਾਂਗਾ ਤੁਹਾਡੇ ਨਾਲ, ਠੀਕ ਹੈ ਜੀ। ਬਿਲਕੁਲ ਬਿਲਕੁਲ ਬਿੰਦਰ ਜੀ, ਕੱਲ ਦੇ ਪ੍ਰੋਗਰਾਮ ਚ ਫਿਰ ਤੁਹਾਡੀਆਂ ਬੋਲੀਆਂ ਨੂੰ ਉਡੀਕਾਂਗੇ ਕਿਉਂਕਿ ਕੱਲ ਬੋਲੀਆਂ ਮਾਈਆਂ ਦੇ ਟੱਪਿਆਂ ਦਾ ਪ੍ਰੋਗਰਾਮ ਹੋਏਗਾ। ਥੈਂਕ ਯੂ, ਬਹੁਤ ਬਹੁਤ
ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਨਾਲ ਸਾਂਝ ਬਣਾਉਣ ਦੇ ਲਈ, ਇਸ ਮੰਚ ਤੇ ਆਉਣ ਦੇ ਲਈ ਤੇ ਵਿਆਹਾਂ ਦੇ ਨਾਲ ਜੁੜੀਆਂ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਸਾਡੇ ਸਾਰਿਆਂ ਦੇ ਨਾਲ ਸਾਂਝੀਆਂ ਕਰਨ ਦੇ ਲਈ, ਤੇ ਨਾਲ ਨਾਲ ਮੇਰੇ ਕੋਲ ਤੁਹਾਡੀਆਂ ਬਹੁਤ ਸਾਰੀਆਂ ਮਿਸ ਕਾਲ ਜਿਹੜੀਆਂ ਸ਼ੋਅ ਹੋ ਰਹੀਆਂ ਨੇ। ਸੋ ਬਿੰਦਰਜੀਤ ਕੌਰ ਭੈਣ ਜੀ, ਤੁਹਾਡੀ ਮਿਸ ਕਾਲ ਵੀ ਸ਼ੋਅ ਹੋ ਰਹੀ ਹੈ, ਦੁਬਈ ਤੋਂ ਵੀ ਜਿਹੜੀ ਹੈ ਸਾਡੇ ਕੋਲ ਮਿਸ ਕਾਲ ਸ਼ੋਅ ਹੋ ਰਹੀ ਹੈ। ਸਾਡੇ ਜਿਹੜੇ ਸਰੋਤੇ ਨੇ ਹਮੇਸ਼ਾ ਦੁਬਈ ਤੋਂ ਸਾਡੇ ਨਾਲ ਸਾਂਝ ਬਣਾਉਂਦੇ ਨੇ। ਸੋ ਬਿਲਕੁਲ ਜੀ, ਬਖਸ਼ੀ ਰਾਮ ਜੀ, ਤੁਸੀਂ ਵੀ ਦੁਬਾਰਾ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਆ ਸਕਦੇ ਹੋ, ਤੇ ਬਿੰਦਰਜੀਤ ਕੌਰ ਭੈਣ ਜੀ, ਤੁਸੀਂ ਵੀ ਪ੍ਰੋਗਰਾਮ ਨਾਲ ਸਾਂਝ ਬਣਾ ਸਕਦੇ ਹੋ। ਤੇ ਨਾਲ ਨਾਲ ਮੇਰੇ ਕੋਲ ਸੁਨੇਹੇ ਤੁਹਾਡੇ ਬਹੁਤ ਸਾਰੇ ਆ, ਤੇ ਜਸਵਿੰਦਰ ਜੀ ਵਿਨੀਪੈਗ ਤੋਂ ਆ ਗਏ ਨੇ, ਤੇ ਉਸ ਤੋਂ ਬਾਅਦ ਮੇਰੇ ਕੋਲ ਜਿਹੜੇ ਆਡੀਓ ਮੈਸੇਜਸ ਪਹੁੰਚ ਰਹੇ ਨੇ ਉਹਨਾਂ ਦੀ ਵੀ ਸਾਂਝ ਪਾਵਾਂਗੇ। ਸੋ ਖੁਸ਼ਵੰਤ ਚਾਹਲ ਜੀ ਵੱਲੋਂ ਵੀ ਸਾਡੇ ਕੋਲ ਆਡੀਓ ਮੈਸੇਜ ਪਹੁੰਚ ਚੁੱਕਿਆ, ਜਿਹੜਾ ਬਹੁਤ ਜਲਦ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ। ਪਰ ਉਸ ਤੋਂ ਪਹਿਲਾਂ ਜਸਵਿੰਦਰ ਜੀ ਨਾਲ ਸਾਂਝ ਬਣਾ ਲਈਏ, ਵੇਖੀਏ ਫਿਰ ਜਸਵਿੰਦਰ ਜੀ ਵਿਆਹਾਂ ਦੇ ਵਿੱਚ ਜਾਣ ਤੋਂ ਪਹਿਲਾਂ ਕਿਹੜੀ ਚੀਜ਼ ਜ਼ਹਿਨ ਦੇ ਵਿੱਚ ਰੱਖਦੇ ਨੇ, ਤੇ ਕਿਹੜੀਆਂ ਅਜਿਹੀਆਂ ਗੱਲਾਂ ਨੇ ਵਿਆਹਾਂ ਦੇ ਨਾਲ ਜੁੜੀਆਂ ਜਿਹੜੀਆਂ ਅੱਜ ਵੀ ਜ਼ਹਿਨ ਦੇ ਵਿੱਚ ਹੈਗੀਆਂ ਨੇ, ਤੇ ਵਿਆਹਾਂ ਦੇ ਜਾਣ ਤੋਂ ਪਹਿਲਾਂ ਤੁਹਾਡੇ ਦਿਮਾਗ ਦੇ ਵਿੱਚ ਘੁੰਮਣਾ ਸ਼ੁਰੂ ਕਰ ਦਿੰਦੀਆਂ ਨੇ। ਸਵਾਗਤ ਜਸਵਿੰਦਰ ਜੀ ਪ੍ਰੋਗਰਾਮ ਚ। ਜੀ ਗਗਨ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਾਰੇ ਵਧੀਆ। ਤੇ ਉਹ ਗਗਨ, ਪਹਿਲਾਂ ਤਾਂ ਉਹ ਸੋਰੀ, ਉਹ ਸਾਵਰ ਅਲੀ ਦੇ ਵਿਆਹ ਦੀਆਂ ਨਾ ਵਧਾਈਆਂ ਵਾਪਸ ਲੈ ਲਓ ਬਈ, ਮੈਨੂੰ ਤਾਂ ਮੈਸੇਜ ਆ ਗਏ ਬਹੁਤ ਜ਼ਿਆਦਾ, ਉਹ ਅੱਜ ਵਿਆਹ ਨਹੀਂ ਹੈਗਾ ਉਹਦਾ। ਉਹ ਮੈਂ ਤੀਜਾ ਨੂੰ ਸੋਚ ਰਿਹਾ ਸੀ ਬਈ ਹੁਣ ਕਿਸੇ ਦਾ ਵਿਆਹ ਨੀ ਆ ਰਿਹਾ, ਮੈਂ ਨਾ ਗੱਡੀ ਤੋਂ ਸੀਗਾ ਬਾਹਰ, ਮੈਨੂੰ ਅੱਧੀ ਗੱਲ ਸੁਣੀ ਅੱਧੀ, ਉਹ ਤੇ ਸਾਬਰ ਅਲੀ ਦੇ ਵਿਆਹ ਆ ਗਿਆ। ਮੈਂ ਕਿਹਾ ਅੱਛਾ ਕਿ ਮੈਸੇਜ ਪਾ ਦਿੰਦਾ ਹਨਾ, ਪਿੱਛੇ ਨਾ ਰਹਿ ਜਾ ਮੈਂ ਕਿਤੇ, ਕਿਉਂਕਿ ਮੈਂ ਵੀ ਸੋਚੀ ਇਹਨੇ ਵੀ ਸਾਬਿਰ ਜੀ ਨੇ ਸਾਨੂੰ ਨਹੀਂ ਦੱਸਿਆ ਵੀ ਉਹਨਾਂ ਦਾ ਵਿਆਹ, ਪਰ ਉਹਨਾਂ ਨੇ ਥੈਂਕਸ ਜ਼ਰੂਰ ਸਾਰਿਆਂ ਦਾ ਕੀਤਾ, ਸ਼ੁਕਰੀਆ ਕੀਤਾ। ਤੇ ਸ਼ੁਕਰ ਹੈ, ਥੈਂਕਸ। ਮੈਂ ਕਿਹਾ ਕਿਤੇ ਘਰੇ ਕਲੇਸ਼ ਨਾ ਪੈ ਜਾਵੇ ਵੀ ਇੱਕ ਦੇ ਨਾਲ ਘਰ ਵਾਲੀ ਸੁਣਦੀ ਹੋਵੇ, ਉਹ ਕਹਿੰਦੀ ਵੀ ਤੇਰਾ ਦੋ ਬਰਸੀਆਂ ਆਉਂਦੀਆਂ ਨੇ ਤੇਰੇ ਵਿਆਹ ਦੀਆਂ, ਮਤਲਬ ਸਾਲ ਦੇ ਵਿੱਚ। ਕੋਈ ਨੀ, ਸਾਬਿਰ ਦੱਸਣਗੇ ਵੀ ਅਸਲੀ ਵਿਆਹ ਦੀ ਬੜੀ ਗੰਢ ਕਿੱਦੇ ਉਹਨਾਂ ਦੀ। ਅੱਛਾ, ਉਹ ਮੈਨੂੰ ਨਾ ਇੱਕ ਵਾਰ ਗਗਨ, ਫੌਜ ਚੋਂ ਮੈਂ ਰਿਟਾਇਰ ਹੋ ਕੇ ਆ ਗਿਆ ਸੀ, ਤੇ ਦੇਖੋ ਫੌਜੀਆਂ ਨੂੰ ਵਿਆਹ ਘੱਟ ਮਿਲਦੇ ਨੇ ਦੇਖਣ ਨੂੰ, ਤੇ ਸਾਡੇ ਪਿੰਡ ਕਿਸੇ ਕੁੜੀ ਦਾ ਵਿਆਹ ਸਮਰਾਲੇ ਮੈਰਿਜ ਪੈਲਸ ਚ ਨਾ। ਅੱਛਾ, ਤੇ ਘਰਦਿਆਂ ਨੂੰ ਮੈਂ ਕਿਹਾ ਮੈਂ ਜਾਊਂਗਾ ਬਈ, ਤੁਸੀਂ ਹੁਣ ਬਹੁਤ ਵਿਆਹ ਖਾ ਲਿਆ, ਅੱਜ ਮੈਂ ਖਾ ਕੇ ਆਉਣਾ ਹਨਾ। ਅੱਛਾ ਗਗਨ, ਉਹ ਕਾਰਡ ਜਿਹੜਾ ਸੀਗਾ ਉਹ ਪੈਲਸ ਆਮਣੇ ਸਾਹਮਣੇ ਇੱਕ ਰੋਡ ਦੇ ਇੱਧਰ ਇੱਕ ਉਧਰ ਹਨਾ, ਤੇ ਇੱਕ ਭਾਰਤੀ ਪੈਲਸ ਹੈ ਸਮਰਾਲੇ, ਖੰਨਾ ਰੋਡ ਸਮਰਾਲਾ, ਤੇ ਦੇਖੀ ਦੂਜੇ ਨਾਲ ਨਾ ਭੁੱਲ ਗਿਆ ਮੈਂ। ਅੱਛਾ ਅੱਛਾ, ਜਿਹੜੇ ਪੈਲਸ ਦੇ ਵਿੱਚ ਵਿਆਹ ਸੀਗਾ ਸਾਡੇ ਪਿੰਡ ਦੀ ਕੁੜੀ ਦਾ, ਮੈਂ ਉਦੋਂ ਉਲਟੇ ਚ ਜਾ ਵੜਿਆ ਹਨਾ। ਅੱਛਾ, ਉੱਥੇ ਮੂਹਰੇ ਕੀ ਕਰਿਆ, ਕੌਫੀ ਵਾਲਾ ਆ ਗਿਆ, ਚੱਲ ਮੈਂ ਕੌਫੀ ਲਈ, ਤੇ ਉਹ ਸਾਰੇ ਫੌਜੀ ਬੈਠੇ ਇੱਥੇ ਮੂਹਰੇ ਹਨਾ, ਮਤਲਬ ਕੋਈ ਸੂਬੇਦਾਰ, ਕੋਈ ਕੈਪਟਨ, ਟਾਈਆਂ ਟੂਈਆਂ ਲਾਈਆਂ, ਐਨ ਦਾੜੀਆਂ ਦੂੜੀਆਂ ਉਹਨਾਂ ਨੇ ਪ੍ਰੈਸ ਕਰਕੇ, ਤੇ ਮੈਂ ਤਾਂ ਦੇਖੋ ਸਿਪਾਹੀ ਸੀਗਾ, ਮੈਂ ਘਟੀਆ ਜਿਹਾ ਮਹਿਸੂਸ ਕਰਿਆ, ਮੈਂ ਯਾਰ ਸਾਰੇ ਵੱਡੇ ਵੱਡੇ ਰੈਂਕਾਂ ਵਾਲੇ ਬੰਦੇ ਨੇ, ਉਹ ਟਾਈਆਂ ਟੂਈਆਂ ਲਾ ਕੇ ਜੀ ਕੋਟ ਪੈਂਟ ਦੇ ਵਿੱਚ ਸ਼ਰਟ ਅੰਦਰ ਦਿੱਤੀ ਹੋਈ ਨਾ, ਫੌਜੀ ਕਿਵੇਂ ਤਿਆਰ ਹੁੰਦੇ ਨੇ, ਬੂਟ ਬਾਟ ਵਧੀਆ ਐਨ ਚਮਕਦੇ, ਤੇ ਗੱਲਾਂ ਕਰੀ ਜਾਈਏ ਅਸੀਂ, ਤੇ ਫੌਜ ਦੀਆਂ ਗੱਲਾਂ ਸ਼ੁਰੂ ਹੋ ਗਿਆ, ਮੈਂ ਕਹੀ ਜਾਵਾਂ ਯਾਰ ਵੀ ਕੁੜੀ ਸਾਡੇ ਪਿੰਡ ਦੀ ਦਾ ਵਿਆਹ ਹੈ ਵੀ, ਇਹ ਬਰਾਤ ਵਾਲੇ ਸ਼ਹਿਰ ਪਹਿਲਾਂ ਆ ਗਏ ਵੀ, ਸਾਡੇ ਪਿੰਡ ਵਾਲਾ ਕੋਈ ਦੀਲਾ ਨੀ। ਮੈਂ ਕਿਹਾ ਯਾਰ ਕਮਾਲ ਹੋ ਗਈ ਵੀ ਉਹ ਫੌਜੀਆਂ ਦੀ ਬਰਾਤ ਹੈ ਵੀ, ਤਾਂ ਹੀ ਟਾਈਮ ਨਾ ਆ ਗਈ ਵੀ ਸਾਡੇ ਪਿੰਡ ਵਾਲੇ ਆਏ ਨੀ ਹੈਗੇ। ਉਹ ਫਿਰ ਪੁੱਛਦੇ ਮੈਂ ਕਿਹਾ ਜੀ ਵੀ ਕੋਈ ਬੰਦਾ ਦੀਦਾ ਨੀ, ਉਹ ਕਹਿੰਦੇ ਵੀ ਉਹ, ਫਿਰ ਉਹਨਾਂ ਦੀ ਕਿਸੇ ਨੂੰ ਪਤਾ ਨੀ, ਕਹਿੰਦੇ ਵੀ ਮਜਾਲੀਆਂ ਵਾਲੇ ਦੀ ਕੁੜੀ ਦਾ ਵਿਆਹ ਸਾਹਮਣੇ ਪੈਲੇ ਚ, ਮੈਂ ਅੱਧਾ ਘੰਟਾ ਉਹਨਾਂ ਦੀਆਂ ਕੌਫੀਆਂ ਕੁਫੀਆਂ ਪੀ ਕੇ ਫੇਰ ਆਪਣੇ ਵਾਲੇ ਦੇ ਗਿਆ ਹਨਾ। ਅੱਛਾ ਗਗਨ, ਚਲੋ ਆਪਾਂ ਹੁਣ, ਹਾਂ ਹਾਂ ਇੱਕ ਮਿੰਟ, ਮੈਂ ਨਾ ਗਾਣਾ ਹੀ ਗਾ ਦਿੰਦਾ, ਆਪਾਂ ਹੁਣ ਬਹੁਤ ਲੰਬਾ ਲੈ ਗਏ। ਜਿਵੇਂ ਸੂਟਾਂ ਦੀਆਂ ਗੱਲਾਂ ਹੋਈਆਂ ਨੇ ਨਾ ਆਪਣੇ ਸਾਰਿਆਂ ਨੂੰ, ਦੇਖੋ ਸਜਣ ਤਾਂ ਜਨ ਦਾ ਚਾਹ ਹੁੰਦਾ, ਹਾਣੀਆਂ ਨੂੰ ਹਾਣੀ ਪਿਆਰੇ ਹੁੰਦੇ ਨੇ, ਉਹਨਾਂ ਸਾਰਿਆਂ ਲਈ ਗਾਣਾ ਜੀ ਹਨਾ। ਦੋ ਨੈਣ ਤੇਰੇ, ਦੋ ਨੈਣ ਮੇਰੇ, ਦੋ ਨੈਣ ਮੇਰੇ, ਦੋ ਨੈਣ ਤੇਰੇ, ਸੰਗ ਦੇ ਸੰਗ ਦੇ ਹੋ ਚਾਰ ਗਏ, ਇਹ ਆਪੋ ਆਪਣੀ ਕਿਸਮਤ ਸੀ, ਤੁਸੀਂ ਜਿੱਤ ਗਏ ਅਸੀਂ ਹਾਰ ਗਏ, ਦੋ ਨੀਵੀਆਂ ਨਜ਼ਰਾਂ ਮਾਰ ਗਈਆਂ, ਦਿਲ ਕੱਢ ਕਲੇ ਜਿਉਂ ਬਾਰ ਗਈਆਂ, ਜਦੋਂ ਸੁੱਟ ਕੇ ਤੌਣ ਜਿਹੀ ਨੀਵੀ, ਜਦੋਂ ਸੁੱਟ ਕੇ ਤੌਣ ਜਿਹੀ ਨੀਵੀ, ਦਿਲਾਂ ਨੂੰ ਚੁਗਦੀ ਏ ਮੋਰਨੀ ਏ, ਜਿੰਦ ਵੇਚ ਕੇ ਮਿਲੇ ਜੇ ਤੂੰ ਫੇਰ ਵੀ ਪੁੱਗਦੀ ਏ, ਫੇਰ ਵੀ ਪੁੱਗਦੀ ਏ, ਉਹ ਜਦੋਂ ਸੁੱਟ ਕੇ ਤੌਣ ਜਿਹੀ ਨੀਵੀ, ਇਸ਼ਕ ਵਪਾਰ ਵਿੱਚ ਲੋੜ ਨੀ ਸਲਾਹ ਦੀ, ਦਿਲ ਸਾਡਾ ਸੋਨਾ ਏ ਤੂੰ ਫੁੱਟੀਏ ਕਪਾ ਦੀ, ਦਿਲ ਸਾਡਾ ਸੋਨਾ ਏ ਤੂੰ ਫੁੱਟੀਏ ਕਪਾ ਦੀ,
नी बलिए मिले सोने दे बराबर रू फेर भी पुगदीए फेर भी पुगदीए हाय जदों सुट के तौण जही नीवी पावे तेरी अखियां दा कोई एतवार नहीं इना नालो तेज पावे कोई भी कटार नहीं इना नालो तेज पावे कोई भी कटार नहीं नी तिखिए साडा कट ले बेशक लू लू फेर भी पुगदीए फेर भी पुगदीए हो जदों सुट के तौण जही नीवी तेरे बारे गल्ला कई सुनिया जीव ने चलो चंगी माड़ी ए ता अपने नसीब ने चलो चंगी माड़ी ए ता अपने नसीब ने डुब जानिए गल्ला ओनिया जिन्ने ने मुंह फेर भी पुगदीए फेर भी पुगदीए ओ जदों सुट के तौण जही नीवी अज तक पावे सानू लारियां च रखिया लंघ गई जवानी नी एक गगन मेरा शब्द भूल गया मैं जी। मेरा अपना ही लिखा है पता नहीं किवें चलो लंघ गई जवानी नी पता नहीं की कादे च रखिया नी जिंदी ए नी तू साजन राए कोटी नू फेर भी पुगदीए फेर भी पुगदीए ओ जदों सुट के तौण जही नीवी दिलां नू चुगदीए मोरनीए जिंद वेच के मिले जे तू फेर भी पुगदीए फेर भी पुगदीए ओ जदों सुट के तौण जही नीवी जी गगन ए सी गगन क्या बात है जी गगन जी रसपाल जी कह रहे ने लंदन वाले वाजीवाज जसविंदर जी की आवाज कहते पूरी सुरन दे नाल भरपूर होई जांदी है बहुत ही खूबसूरत आवाज हां जी गगन मेरे ना मेरे एक मेरा जदों ब्याह होया ना तां मेरे भूआ दी कुड़ी सी इक ते उस टाइम मार्च दे विच पेपर चलदे हुंदे ना मार्च दी ब्याह सी सारे याने पेपरां च बिजी इक कुड़ी वेली सी मेरे भूआ दी ते ओनू लिया दा 5-4 दिन पहला भी चलो मेरी मम्मी ने हेल्प करा दूंगी ना ते ओ साडे ब्याह तो बाद मेरी घर आली दा ना ओने मोरनी रखिया सी ਦਵਿੰਦਰ ਜੀ ਲੁਧਿਆਣਾ ਵਾਲੇ ਵੀ ਗੀਤ ਨੂੰ ਪਸੰਦ ਕਰ ਰਹੇ ਨੇ ਬਲਵੀਰ ਸੈਣੀ ਜੀ ਵੀ ਗੀਤ ਨੂੰ ਪਸੰਦ ਕਰ ਰਹੇ ਨੇ ਬਹੁਤ ਸਾਰੇ ਸਰੋਤੇ ਤੁਹਾਡੇ ਗੀਤ ਨੂੰ ਪਸੰਦ ਕਰ ਰਹੇ ਆ ਕਮਲਜੀਤ ਜੀ ਇਟਲੀ ਤੋਂ ਸੋ ਵਾਕਈ ਗੱਲ ਤੁਹਾਡੀ ਸਹੀ ਹੈ ਤੇ ਨਾਲ ਰਸ਼ਪਾਲ ਜੀ ਨੇ ਵੀ ਬਿਲਕੁਲ ਸਹੀ ਕਿਹਾ ਤੁਹਾਡੀ ਆਵਾਜ਼ ਬਹੁਤ ਸੋਹਣੀ ਹੁੰਦੀ ਜਾ ਰਹੀ ਹੈ ਸੁਰ ਤਾਲ ਜਿਹੜੇ ਬਿਲਕੁਲ ਦਰੁਸਤ ਹੋ ਗਏ ਨੇ ਤੇ ਬਹੁਤ ਸੋਹਣਾ ਗਾਉਣੇ ਹੋ ਸ਼ੁਕਰੀਆ ਪ੍ਰੋਗਰਾਮ ਦੇ ਨਾਲ ਸਾਂਝ ਬਣਾਉਣ ਦੇ ਲਈ ਇਸ ਮੰਚ ਤੇ ਆਉਣ ਦੇ ਲਈ ਲੋ ਜੀ ਹੁਣ ਸਾਡੇ ਨਾਲ ਜੁੜ ਗਏ ਨੇ ਦੁਬਈ ਤੋਂ ਬਖਸ਼ੀ ਜੀ ਉਸ ਤੋਂ ਬਾਅਦ ਗਿੱਲ ਆਂਟੀ ਜੀ ਤੇ ਹਜੇ ਮੈਂ ਤੁਹਾਨੂੰ ਆਡੀਓ ਮੈਸੇਜ ਵੀ ਸੁਣਾਉਣੇ ਨੇ ਸੁਨੇਹੇ ਤਾਂ ਮੇਰੇ ਕੋਲ ਬਹੁਤ ਹੀ ਜ਼ਿਆਦਾ ਆ ਗਏ ਨੇ ਤੇ ਬਾਲੀ ਸੋਹਣੇ ਸੋਹਣੇ ਨੇ ਕੋਸ਼ਿਸ਼ ਕਰਨੀ ਹੈ ਕਿ ਅੱਜ ਕੋਈ ਸੁਨੇਹਾ ਨਾ ਰਹੇ ਸਪੀਡ ਦੇ ਨਾਲ ਆਪਾਂ ਪੜ੍ਹਨੇ ਨੇ ਪਰ ਪਹਿਲਾਂ ਬਖਸ਼ੀ ਜੀ ਨਾਲ ਸਾਂਝ ਬਣਾਉਣੇ ਫਿਰ ਗਿੱਲ ਆਂਟੀ ਤੁਹਾਡੇ ਵੱਲ ਆਵਾਂਗੇ ਸੋ ਬਖਸ਼ੀ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ ਹਾਂਜੀ ਸ਼ੁਕਰੀਆ ਗਗਨ ਜੀ ਭੈਣ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਦਾਬ ਤੇ ਨਮਸਕਾਰ ਤੁਹਾਨੂੰ ਵੀ ਤੇ ਬਖਸ਼ੀ ਜੀ ਹੁਣ ਇਹ ਦੱਸੋ ਵੀ ਜਦੋਂ ਆਪਾਂ ਵਿਆਹਾਂ ਦੇ ਵਿੱਚ ਜਾਂਦੇ ਹਾਂ ਸਭ ਤੋਂ ਪਹਿਲਾਂ ਮਨ ਦੇ ਵਿੱਚ ਜਾਣ ਦੇ ਵਿੱਚ ਕਿਹੜੀ ਚੀਜ਼ ਹੁੰਦੀ ਹੈ ਤੇ ਖਾਸ ਤੌਰ ਤੇ ਤੁਸੀਂ ਤਾਂ ਦੁਬਈ ਦੇ ਵਿਆਹ ਵੀ ਜਿਹੜੇ ਅਟੈਂਡ ਕਰਦੇ ਹੋਵੋਗੇ ਕੀ ਫਰਕ ਲੱਗਦਾ ਹੈਗਾ ਕਿਹੜੀ ਵੱਖਰੀ ਚੀਜ਼ ਵਿਲੱਖਣ ਚੀਜ਼ ਦੁਬਈ ਦੇ ਵਿਆਹਾਂ ਦੇ ਵਿੱਚ ਤੁਸੀਂ ਵੇਖਦੇ ਹੋ ਵਿਲੱਖਣ ਗਗਨ ਦੀ ਭੈਣ ਇਸ ਤਰ੍ਹਾਂ ਹੈਗਾ ਵੀ ਜਾਣੀ ਟੈਰੀਟੋਰੀ ਦੇ ਹਿਸਾਬ ਦੇ ਨਾਲ ਲਈਏ ਜਾਂ ਜੀਓਗ੍ਰਾਫਿਕਲੀ ਲਈਏ ਤੇ ਯਾਨੀ ਡਿਫਰੈਂਸ ਹੈ ਕਾਫੀ ਹੈ ਲੇਕਿਨ ਮੇਨ ਚੀਜ਼ ਜਿਹੜੀ ਹੁੰਦੀ ਹੈ ਦੇਖੋ ਹਮ ਆਪਾਂ ਬੰਨ ਖਾਨ ਕੇ ਜਾਣੇ ਨਾ ਯਾਨੀ ਬੰਨ ਖਾਨ ਚ ਆਪਾਂ ਕਹਿੰਦੇ ਲਾ ਵੀ ਅੱਜ ਵਿਆਹ ਜਿਹੜਾ ਅਟੈਂਡ ਕਰਨਾ ਹੈਗਾ ਸ਼ਾਦੀ ਤੇ ਜਾਣਾ ਨਾ ਤੇ ਜ਼ਿਆਦਾਤਰ ਪੈਲਸ ਦੇ ਵਿੱਚ ਹੀ ਪ੍ਰੋਗਰਾਮ ਸਾਰੇ ਹੁੰਦੇ ਹੈਗੇ ਤੇ ਉੱਥੇ ਜਿਹੜਾ ਹੈਗਾ ਜਾ ਕੇ ਸਾਰਿਆਂ ਨੂੰ ਜਬਰਦਸਤ ਚੀਜ਼ ਜਿਹੜੀ ਹੁੰਦੀ ਹੈ ਉਹ ਅਸੀਂ ਇਹ ਦੇਖਦੇ ਹੈਗੇ ਕਿ ਜਿਸ ਜਗ੍ਹਾ ਤੇ ਆਹ ਪ੍ਰੋਗਰਾਮ ਹੋਇਆ ਜਾਂ ਪੈਲਸ ਬੁੱਕ ਕੀਤਾ ਹੈਗਾ ਯਾਨੀ ਉੱਥੇ ਦਾ ਨਿਜ਼ਾਮ ਜਿਹੜਾ ਹੈਗਾ ਉਹ ਸਭ ਨਾਲੋਂ ਜ਼ਬਰਦਸਤ ਚੀਜ਼ ਹੁੰਦੀ ਹੈ ਯਾਨੀ ਇੱਕ ਹਾਈ ਕੁਆਲਿਟੀ ਹਾਈ ਫਾਈ ਜਿਹੜਾ ਹੈਗਾ ਇੱਕ ਤਾਂ ਉਹ ਜਿਹੜਾ ਹੈਗਾ ਲਵੀ ਪੈਲਸ ਬੁੱਕ ਕੀਤਾ ਹੈਗਾ ਬਾਕੀ ਉਹਦੇ ਅੰਦਰ ਦਾ ਸਿਸਟਮ ਜਿਹੜਾ ਹੈਗਾ ਉੱਥੇ ਦਾ ਜਿਹੜਾ ਉਹ ਨਿਜ਼ਾਮ ਜਿਹੜਾ ਹੈਗਾ ਅੰਦਰ ਉਹਦੇ ਜਿਹੜਾ ਹੈਗਾ ਪਬਲਿਕ ਦਾ ਜਾਂ ਆਵਾਮ ਦਾ ਉਹਨਾਂ ਜਿਹੜਾ ਵਿਆਹ ਦੇ ਵਿੱਚ ਸ਼ਮੂਲੀਅਤ ਕਰਦੀ ਹੈਗੀ ਆ ਤੇ ਇਹ ਬਹੁਤ ਹੀ ਜ਼ਬਰਦਸਤ ਹੁੰਦਾ ਹੈਗਾ ਵੀ ਲਵੀ ਜਿਹੜਾ ਹੈਗਾ
लेकिन सब तो इंपोर्टेंट चीज होंगी निजाम, क्योंकि निजाम सोहना हैगा, सुकूनफुल हैगा, यानी हर चीज म्यूजिक अपनी जगह ते हैगा, है ना, बीजी चल रहा हैगा, वो अपनी जगह, यानी एक निजाम जिहड़ा हैगा, रिजल्ट जिहड़ा हैगा, वो बेहतरीन रिजल्ट जिहड़ा हैगा, वो सानू विआह दे विच मिलदा हैगा देखण नू, ये बहुत ही इंपोर्टेंट होंगे। क्या बात है, हाँ जी, बाकी जिहड़ा हैगा मेरे अपना किसी ने मुलाकात होंगी है, यार दोस्तों के नाल मुलाकात होंगी, बॉस के नाल मुलाकात होंगी, इस तरह जिहड़ा हैगा जी, बाकी हां जी हां जी, ए चीज हैगी आ, बाकी दो को लाइना जेडियां हैगियां गगनदीप पान जेड़ा हैगा वो मैं शेयर करना चाहना हैगा। जरूर 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 जी जी जी, जो दिल में रहने वाले दिल से नहीं निकलते, जी जो दिल में रहने वाले दिल से नहीं निकलते, बदली हजार मौसम रिश्ते नहीं बदलते, जो दिल में रहने वाले दिल से नहीं निकलते, जो दिल में रहने वाले दिल से नहीं निकल। थैंक यू वेरी मच गगन जी, जी बहुत खूब बख्शी जी, बहुत वधिया लगे तुसी इस मंच ते आए, सो बिल्कुल गल सही है, व्याहां दा निजाम जो सुनना हुंदा ते व्याहां दे विच तुहानू आनंद भी आउंदा, ते मैनू लगदा अज कल असीं व्याहां दे निजाम नूं भी वेखदे आं, तैयारियां नूं भी देखदे आं, डेकोरेशनां नूं भी देखदे आं, सो बहुत बहुत शुक्रिया। सिस्टम सब नूं बेहतरीन होना चाहिए, बिल्कुल जी बिल्कुल, सो बहुत बहुत शुक्रिया बख्शी जी प्रोग्राम दे नाल जुड़न दे लई, सांझ बढ़ाउण दे लई, सो व्याहां दा सिस्टम सारयां दे लई जिहड़ा इंपोर्टेंट हुंदा। इस वेले साडे नाल जुड़ गए ने गिल आंटी जी, और गिल आंटी जी वल चलदे आं, पुछदे आं जी व्याहां दे विच जाण तों पहला सब तों पहला केड़ी चीज ध्यान दे विच दिमाग दे विच हुंदी है, ते उत्थे जांदे मिल जांदी है या नहीं, केड़ी चीज दी इच्छा हुंदी है कि सानू व्याह च जांदे आ मिल जे। सो गिल आंटी स्वागत प्रोग्राम च। सत श्री अकाल बेटे, की हाल चाल सारयां नू, सत श्री अकाल। बिलकुल गिल आंटी सब वधिया, फटाफट व्याह दा ते फिर बेटे सारयां नू चाह हुंदा है, कोई कुड़िया तैयार होनगियां, पावांगे कपड़ा लीड़ा जावांगे, कोई मिठे फिके खावांगे, ते गगन तो ज्यादा गोलगप्पे खाएगी जी और की जेड़े कुड़िया ने गोलगप्पे बहुत खादिया ना गिल आंटी, मेरा तो जी करदा ना गोलगप्पे खान, फिर मेनू याद आ जांदा मैं रेडियो ते प्रोग्राम करना, फिर मैं खांदी नहीं। बेटा पहलो चाह ए हुंदा कि सोहने कपड़े पाओ, सोहने तैयार होके जाओ, ये बड़ी खुशी हुंदी, उत्थों भी कुछ सहेलियां भैणा मिलदियां ने, उन्होंने वेख के भी आपां खुश हुंदे ते किन्ना तैयार होके आए ने, ते बाकी हैगा जाके बनिया तो बहुत कुछ हुंदा है कि वो व्याह दा काम हुंदा है, पर खांदा ते आपां उहदे हिसाब नाल ही आ, जिन्ना कि सानूं चाहीदा, बिलकुल जे सारा कोई खा लिये फिर आपां घर नहीं पड़ सकदे। सही गल, मैं दो बोलियां सुनावांगी, मैं टाइम नहीं ज्यादा लेंदी, पर मेरा क्वेश्चन जेडे कल रह गए सी ना, अज उन्होंने सवेरे सवेरे पहले नंबर ते ही मिला के गलबात होनी चाहिए सी, क्यों कल ओ शिकवा करदे सी। नहीं गिल आंटी, आपां कल उन्होंने टाइम देता सी, जिन्हां दा शिकवा सी कल आ गए सी उस टाइम। अच्छा जी, मैं कहा चलो कोई गल नहीं, अगा पिछा हो जांदा कई वारी, पर जेड़े लम्मा टाइम दे आए हुंदे ना गीत, तो उथों थोड़ा जा फर्क पै जांदा, एक दो जिवे तुसी छोट छोट च सुनाउंदे हो ना मंडे, ते उस तरह थोड़े छोट छोट च हो जांदा, फिर बन जांदी गल जी। चल मैं दो बोलियां सुना देनी आ, आ जा फिर। गोरे गोरे पैरां विच चांदी दियां झांझरां, गोरे गोरे पैरां विच चांदी दियां झांझरां, नचण लगी ने लिया पानी मुटियारे, आपे पाई जावे बोलियां नी तेनू, नचण दा किन्ना चा मुटियारे, आपे आपे पाई जावे बोलियां नी इना तेनू, नचण दा चा मुटियारे। एक छोटी जी बोली और पा रही, टाइम कोनी रह गया हुण जी, है ना जी। रड़के रड़क बारी बरसी कटन गया सी, खटके लियांदी चांदी, बारी बरसी कटन गया सी, खटके लियांदी चांदी, भी टुटे जाए स्कूटर ते
भी टूटे जे स्कूटर ते पुआ बड़का मार दी जांदी भी टूटे स्कूटर ते पुआ बड़का मार दी जांदी भी टूटे जे स्कूटर ते क्या बात है गेला जी, क्या बात है, बहुत थोड़ी बोली ते आवा आवा आ मेरे भरावा, मेरा भरा जेड़ा छोटा है ना बहुत मेरे बच्चा वर्गा जी जी मेरा रुस पैंदा फिर मैं मना लेनी हां आवा 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 वे मैं नित पिपली पानी पावा वीरा तेरी जड़ लग जाऊ नित पिपली पानी पावा वीरा तेरी जड़ लग जाऊ मैं नित भी खुशियां मनावा वीरा तेरी जड़ लग जाऊ मैं नित ही खुशियां मनावा वीरा तेरी जड़ लग जाऊ स्कूटर ते चढ़ जाऊ जी क्या बात है बिल्कुल गिलंडी स्कूटर ते चढ़ के पहुंचाना भी पैना है क्योंकि हुन टाइम अपने को लिमिटेड है शुक्रिया तुसीं बहुत सोहणियां बोलियां लैके जी 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 बिल्कुल जी बिल्कुल गिलंडी बहुत बहुत शुक्रिया ते इस वेले साडे नाल दो श्रोते लाइन ते ने साबिर अली जी और गुरमीत मान जी धूरी तो पहला गुरमीत जी वाल चलदे हां ते मिंट हुण अपने कोल बचे ने सिर्फ चार दो दो मिंट दे विच गलबात अपन वेड़नी है सो गुरमीत जी स्वागत प्रोग्राम च सत श्री अकाल गगन भैन बाकी सारे श्रोते नु सत श्री अकाल जी ते गुरमीत जी फटाफट भजना पैना अपन हुण मैं ता पूरा भजना भाई सवेरे भजदे रहने हां कई भी मैं सुपने च भी भजया जांदा हुण भजया नहीं जांदा ता जोर बहुत लगदा तो हुण अपन नु गल्लां दे विच भजना पैना क्योंकि मिंट अपने कोल बचे ने गिणती दे तीन ब्याह जान तो पहले ना मेरी आदत है तुहानू पता मैं ज्यादा गल्ला नहीं करदा लिख रही हुंदा ज्यादातर जदों भी किते ब्याह जाना पहला मैं लिखण बह जाना मैं ब्याह जाने सीगा थोड़ा जा तीन चार महीने रह गए मैं आज लिखण लग्या सी उधर भी तुहाडा टॉपिक भी उही आ गया अच्छा कहदा मेरा ब्याह हो गया जीवन मेरा तबाह हो गया ਜਦੋਂ ਦਾ ਤੇਰੇ ਮੈਂ ਲੜ ਲੱਗਿਆ ਨੀ ਉਹ ਤੋਂ ਮੈਂ ਤਾਂ ਆਹ ਹੋ ਗਿਆ ਜ਼ਿਆਦਾਤਰ ਤਾਂ ਭਾਈ ਬਾਹਰ ਇਹਨੇ ਵਿਆਹ ਜਾਂਦੇ ਹੀ ਨੀ ਜਦੋਂ ਕਿਤੇ ਵਿਆਹ ਜਾਈਦਾ ਵਾ ਪਹਿਲਾਂ ਆਪਣਾ ਟੁਕੜਾ ਲੈ ਕੇ ਬਹਿ ਜਾਈਦਾ ਵੀ ਜੇ ਵਿਆਹ ਹੋਇਆ ਘਰ ਬਾਰ ਛੱਡਿਆ ਪਰਦੇਸੀ ਹੋ ਗਏ ਬਲਕਿ 2002 ਦੇ ਵਿਚ ਮੇਰੀ ਮੈਰਿਜ ਸੀਗੀ ਹੁਣ ਤੱਕ ਆਈ ਥਿੰਕ ਜੇ ਐਵਰੇਜ ਕੱਢ ਲਈਏ ਹੁਣ ਜਿੱਦਾਂ ਸਾਡੇ ਇੰਜੀਨੀਅਰ ਦੀ ਐਵਰੇਜ ਹੁੰਦੀ ਹੈ ਵੀ ਅੱਧਾ ਇੱਕ ਸਾਲ ਇਕੱਠੇ ਰਹੇ ਹੋਊਗੇ ਐਵਰੇਜ ਅਸੀਂ ਬਿਲਕੁਲ ਗੁਰਮੀਤ ਜੀ ਸੋ ਵਾਕਈ ਇਸ ਹਾਲਾਤਾਂ ਦੇ ਵਿਚ ਤੁਸੀਂ ਬਾ ਕਮਾਲ ਜਿਹੜਾ ਸ਼ਾਇਰੀ ਲਿਖੀ ਹੈ ਸੋ ਬਹੁਤ ਵਧੀਆ ਲੱਗਿਆ ਗੱਲਾਂ ਹੋਰ ਵੀ ਕਰਨ ਨੂੰ ਜੀ ਕਰਦਾ ਪਰ ਸਮਾਂ ਹੁਣ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਸਮਾਂ ਸਾਨੂੰ ਭੱਜਣ ਦੇ ਇਸ਼ਾਰੇ ਕਰ ਰਿਹਾ ਘੜੀ ਦੀਆਂ ਸੂਈਆਂ ਨਾ ਉਹ ਡੰਡੇ ਵਿਖਾਰੀਆਂ ਨੇ ਵੀ ਹੁਣ ਟਾਈਮ ਤੇ ਬੁਰੀ ਬੇਸਰਾ ਸਮੇਟ ਲੋ ਤੇ ਸਾਨੂੰ ਸਮੇਟਣਾ ਪੈਣਾ ਸੋ ਬਹੁਤ ਵਧੀਆ ਲੱਗਿਆ ਤੁਸੀਂ ਇਸ ਮੰਚ ਤੇ ਬਹੁਤ ਸੋਹਣੀਆਂ ਗੱਲਾਂ ਤੇ ਬਹੁਤ ਸੋਹਣੀ ਸ਼ਾਇਰੀ ਸੁਣਾਈ ਸੋ ਸ਼ੁਕਰੀਆ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਸਾਂਝ ਬਣਾਉਣ ਦੇ ਲਈ ਪ੍ਰੋਗਰਾਮ ਚ ਆਉਣ ਦੇ ਲਈ ਤੇ ਲੋ ਜੀ ਹੁਣ ਇਸ ਵੇਲੇ ਸਾਬਿਰ ਅਲੀ ਜੀ ਵੀ ਜੁੜੇ ਹੋਏ ਨੇ ਪਰ ਮੇਰੇ ਕੋਲ ਨਾ ਇੱਕ ਆਡੀਓ ਮੈਸੇਜ ਵੀ ਪਹੁੰਚਿਆ ਕੈਲਗਰੀ ਤੋਂ ਖੁਸ਼ਵੰਤ ਜੀ ਦਾ ਉਹ ਜ਼ਰੂਰ ਤੁਹਾਡੇ ਸਾਰਿਆਂ ਦੇ ਰੂਬਰੂ ਕਰਾਂਗੇ ਉਸ ਤੋਂ ਬਾਅਦ ਸਾਬਿਰ ਅਲੀ ਜੀ ਤੁਹਾਡੇ ਵੱਲ ਆਉਂਦੇ ਹਾਂ ਬਸ ਆਪਾਂ ਪਹਿਲਾਂ ਆਡੀਓ ਮੈਸੇਜ ਜ਼ਰੂਰ ਸੁਣਾਈਏ ਖਾਬ ਵੇਖਦੀ ਸ਼ੇਰ ਬਣ ਕੇ ਉਸੇ ਨੇ ਅੱਜ ਆਉਣਾ ਖਿਲਾਉਣਾ ਨੀ ਮੈਂ ਚਾਹੇ ਉਹੀ ਬੱਲੇ ਡੋਲੀ ਬਹਿਣ ਲੱਗੇ ਫੇਰ ਤੈਰਾਉਣਾ ਨੀ ਮੈਂ ਚਾਹੇ ਉਹੀ ਬੱਲੇ ਰਾਤਾਂ ਨਿੱਕੀਏ ਨਿਵਾਰ ਰੋਕ ਲਾਏ ਆ ਗਈਆਂ ਦਰਾਂ ਚ ਬਰਾਤਾਂ ਰਾਤਾਂ ਉਹ ਸੇਤੀ ਕਰੋ ਬਿਹਾਰ ਕੁੜੀਓ ਅਸੀਂ ਆਇਆਂ ਹਲਮੀਆਂ ਬਾਟਾਂ ਰਾਵਾਂ ਨਜ਼ਰਾਂ ਨਾ ਲੱਗ ਜਾਣਵੇ ਤੇਰੇ ਸੁਰਮਾ ਅੱਡੀ ਤੇ ਰਾਵਾਂ ਨੀ ਨਜ਼ਰਾਂ ਨੇ ਕੀ ਲੱਗਣਾ ਅਸੀਂ ਗੁਰਾਂ ਅੱਗੇ ਨਹੀਂ ਲਾਵਾਂ ਮੱਖਣਾ ਅੱਜ ਪੂਰੇ ਹੱਕ ਨਾਲ ਵੇ ਹੱਥ
ਫੜ ਕੇ ਤੇਰਾ ਮੈਂ ਨੱਚਣਾ ਮੱਖਣਾ ਮੱਖਣਾ ਨੀ ਤੂੰ ਹੱਥੋਂ ਚੱਕ ਗਿੱਧੇ ਨੂੰ ਇਧਰੋਂ ਭੰਗੜਾ ਚੱਕਣਾ ਪਾਵੇ ਪਾਵੇ ਬੇਖੁਸ ਤੁਰ ਵਿਦੇਸ਼ ਜਾਏਗਾ ਅਸੀਂ ਕੀ ਜਾਣਾ ਮਕਲਾਵੇ ਪਾਵੇ ਪਾਵੇ ਨੀ ਮਹੀਨਾ ਖੰਡ ਵੇਟ ਕਰ ਲਾ ਹੱਬੀ ਜਾ ਤੇਰਾ ਵੀ ਭੱਜਿਆ ਆਵੇ ਵਾਹ ਜੀ ਵਾਹ ਕਿਆ ਬਾਤ ਹੈ ਖੁਸ਼ਵੰਤ ਜੀ ਬਹੁਤ ਸੋਹਣਾ ਗੀਤ ਜੋ ਤੁਸੀਂ ਇਸ ਮੰਚ ਤੇ ਸਾਡੇ ਨਾਲ ਸਾਂਝਾ ਕੀਤਾ ਹੁਣ ਸਾਬਿਰ ਅਲੀ ਜੀ ਸਾਡੇ ਨਾਲ ਨੇ ਔਰ ਮਿੰਟ ਤਾਂ ਸਾਡੇ ਕੋਲੇ ਇੱਕ ਹੈ ਪਰ ਇੱਕ ਮਿੰਟ ਦੇ ਲਈ ਸਾਬਿਰ ਅਲੀ ਜੀ ਜ਼ਰੂਰ ਤੁਹਾਨੂੰ ਏਅਰ ਤੇ ਲੈ ਕੇ ਆਵਾਂਗੇ ਸੋ ਸਵਾਗਤ ਸਾਬਿਰ ਅਲੀ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸ਼ੁਕਰੀਆ ਜੀ ਗਗਨ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਪਹਿਲੇ ਤਾਂ ਮੈਂ ਜਸਵੰਤ ਦਾ ਸ਼ੁਕਰੀਆ ਅਦਾ ਕਰਾਂਗਾ ਕਿ ਉਹਨੇ ਜਨਾਬ ਇੱਕ ਵਾਰ ਦਿਲ ਖੁਸ਼ ਕਰ ਦਿੱਤਾ ਜਨਾਬ ਮੇਰਾ ਵੈਸੇ ਤਾਂ ਮੇਰੀ ਐਨਵਰਸਰੀ ਜਿਹੜੀ ਉਹ 20 ਫਰਵਰੀ ਦੀ ਹੈ ਜੀ ਤੇ ਸਾਰੇ ਦੋਸਤਾਂ ਨੂੰ ਮੈਂ ਦੱਸ ਦੇਵਾਂ ਹਾਂ ਜੀ ਲੇਕਿਨ ਗਗਨ ਜੀ ਦੇਖਿਆ ਜਾਵੇ ਤਾਂ ਸਾਡੇ ਵੱਲ ਜਿਹੜਾ ਜਿਹੜਾ ਸ਼ਾਦੀ ਤੇ ਜਿਹੜਾ ਰਕਸ ਹੁੰਦਾ ਨਾ ਜੀ ਸ਼ਾਦੀ ਵਿੱਚ ਢੋਲ ਦੀ ਥਾਪ ਤੇ ਘੋੜੀ ਦਾ ਰਕਸ ਜਿਹੜਾ ਹੁੰਦਾ ਉਹ ਮੈਨੂੰ ਬਹੁਤ ਪਸੰਦ ਹੈ ਜੀ ਤੇ ਔਰ ਉਸ ਤੋਂ ਇਲਾਵਾ ਜਿਹੜਾ ਤੂਤੀਆਂ ਵਾਜਿਆ ਵਾਲੇ ਜਿਹੜੇ ਉਹ ਖਾਸ ਜਿਹੜਾ ਇੱਕ ਹਾਰਮੋਨੀਅਮ ਉਹਦੇ ਨਾਲ ਉਹ ਜਿਹੜੇ ਬੈਨ ਬਾਜੇ ਬਣਾਏ ਹੁੰਦੇ ਉਹਨਾਂ ਨਾਲ ਉਹ ਜਿਹੜਾ ਮਤਲਬ ਕਿ ਗੀਤ ਗਾਉਂਦੇ ਨੇ ਉਹ ਵੀ ਬਹੁਤ ਵਧੀਆ ਲੱਗਦਾ ਜੀ ਤੇ ਗਗਨ ਜੀ ਉਸ ਤੋਂ ਇਲਾਵਾ ਜਿਹੜੀ ਮਹਿੰਦੀ ਦੀ ਰਾਤ ਜਿਹੜਾ ਛੁਪ ਕੇ ਜਿਹੜੇ ਆਪਣੇ ਖਾਸ ਜਿਹੜੀ ਬਰਾਦਰੀ ਦੇ ਜਿਹੜੇ ਸ਼ਾਦੀ ਹੁੰਦੀ ਹੈ ਉਹਦੇ ਵਿੱਚ ਜਿਹੜਾ ਮਹਿੰਦੀ ਦੀ ਰਾਤ ਨੂੰ ਜਿਹੜਾ ਛੁਪ ਕੇ ਡਾਂਸ ਕੀਤਾ ਜਾਂਦਾ ਲੜਕੀਆਂ ਦਾ ਉਹ ਮੈਨੂੰ ਜ਼ਿਆਦਾ ਪਸੰਦ ਹੈ ਜੀ ਬਹੁਤ ਵਧੀਆ ਲੱਗਦਾ ਜੀ ਸਾਬਿਰ ਜੀ ਵਾਕਈ ਬਹੁਤ ਵਧੀਆ ਲੱਗਿਆ ਹੁਣ ਆਪਣਾ ਸਮਾਂ ਆਪਾਂ ਨੂੰ ਇਸ਼ਾਰੇ ਕਰ ਗਿਆ ਵੀ ਮੈਂ ਖਤਮ ਹੋ ਗਿਆ ਤੇ ਹੁਣ ਆਪਾਂ ਭੱਜੀਏ ਜੀ ਸ਼ੁਕਰੀਆ ਪਰ ਬਹੁਤ ਵਧੀਆ ਲੱਗਿਆ ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਆਪਣੇ ਜਿਹੜੇ ਵਿਆਹ ਦੇ ਨਾਲ ਜੁੜੇ ਹੋਏ ਵਿਚਾਰ ਸਾਂਝੇ ਕੀਤੇ ਸ਼ੁਕਰੀਆ ਆਪਣੇ ਕੋਲ ਮਿੰਟ ਬਚੇ ਨੇ 30 ਸਕਿੰਟ ਯਾਨੀ ਕਿ ਮਿੰਟ ਤਾਂ ਕਹਿ ਨਹੀਂ ਸਕਦੇ ਸੁਨੇਹ ਮੈਂ ਜ਼ਰੂਰ ਪੜੂੰਗੀ ਰਾਮਜੀਤ ਖੰਗੂੜਾ ਜੀ ਪ੍ਰੋਗਰਾਮ ਦੇ ਨਾਲ ਸਾਡੇ ਜੁੜ ਚੁੱਕੇ ਨੇ ਜੀ ਵਾਜੀ ਵਾਹ ਜਸਵਿੰਦਰ ਜੀ ਕਮਾਲ ਨਾਈਸ ਪ੍ਰੋਗਰਾਮ ਬੇਵਕੂਫ ਇਹ ਤਾਂ ਮੈਂ ਫਿਰ ਕੱਲ ਹੀ ਪੜੂੰਗੀ ਅੱਜ ਲੰਬਾ ਹੈ ਥੋੜਾ ਜਿਹਾ ਯਾਦ ਰੱਖਿਓ ਰਾਮਜੀਤ ਜੀ ਉਡਾਉਣਾ ਨਹੀਂ ਹੈ ਰਿੰਕੂ ਜੀ ਠੱਠੀ ਭਾਈ ਮੋਗਤ ਵੈਰੀ ਨਾਈਸ ਪ੍ਰੋਗਰਾਮ ਗਗਨ ਜੀ ਸ਼ੁਕਰੀਆ ਰਿੰਕੂ ਜੀ ਹਰਮੇਲ ਜੀ ਐਡਵੋਕੇਟ ਬਠਿੰਡਾ ਦੇ ਪ੍ਰੋਗਰਾਮ ਦੇ ਨਾਲ ਬਹੁਤ ਸਾਰੀਆਂ ਸਤਿ ਸ੍ਰੀ ਅਕਾਲ ਵਾਕਈ ਇੰਨੀਆਂ ਦੀ ਜ਼ਰੂਰਤ ਸੀ ਕਾਫੀ ਦਿਨਾਂ ਦੀ ਗੈਰ ਹਾਜ਼ਰੀ ਹੈ ਖੁਸ਼ਹਾਲ ਸਿੰਘ ਮਲ ਜੀ ਔਰ ਸੁਨੀਤਾ ਰਾਣੀ ਜੀ ਨਵਾਂ ਸ਼ਹਿਰ ਤੋਂ ਸਾਡੇ ਨਾਲ ਨੇ ਜੀ ਮੇਰੀਆਂ ਮੁਬਾਰਕਾਂ ਵੀ ਜਸਵਿੰਦਰ ਜੀ ਤੱਕ ਵਾਈ ਐਰ ਪਹੁੰਚਾ ਦਿਓ ਵੇਲ ਕਰਾ ਨਹੀਂ ਸਕਦੇ ਜੀ ਦੂਰ ਬੈਠੇ ਨੇ ਪਰ ਦਿਲਾਂ ਦੇ ਕਰੀਬ ਨੇ ਖੁਸ਼ਹਾਲ ਸਿੰਘ ਮਲ ਜੀ ਨਵਾਂ ਸ਼ਹਿਰ ਤੋਂ ਗਗਨਦੀਪ ਜੀ ਅੱਜ ਬਹੁਤ ਸੋਹਣਾ ਪ੍ਰੋਗਰਾਮ ਸੋ ਨਾਈਸ ਬਹੁਤ ਸਾਰੇ ਗੁਲਾਬ ਥੰਬਸ ਅਪ ਪਤਾ ਨਹੀਂ ਕੀ ਕੁਛ ਬਸ ਮਜ਼ਾ ਹੀ ਆ ਗਿਆ ਅੱਜ ਦੇਖ ਕੇ ਸਾਰੇ ਮੈਨੇ ਵਧੀਆ ਸੋਹਣੇ ਸੋਹਣੇ ਸਿੰਬਲ ਸ਼ੁਕਰੀਆ ਤੇ ਦਵਿੰਦਰ ਕੌਰ ਧਾਲੀਵਾਲ ਜੀ ਕਹਿ ਰਹੇ ਕਿ ਅੱਜ ਜਸਵਿੰਦਰ ਜੀ ਦੀ ਆਵਾਜ਼ ਖੰਡ ਦੇ ਵਾਂਗੂ ਖੜਕ ਰਹੀ ਸੀ ਕਿਆ ਬਾਤ ਹੈ ਸਾਰੇ ਪ੍ਰੋਗਰਾਮ ਖੂਬਸੂਰਤ ਸ਼ੁਕਰੀਆ ਦਵਿੰਦਰ ਕੌਰ ਜੀ ਲੁਧਿਆਣਾ ਵਾਲੇ ਵਾਜੀ ਵਾਹ ਰੌਣਕਾਂ ਲਗਾ ਦਿੱਤੀਆਂ ਨੇ ਵਧੀਆ ਹਾਏ ਸੱਚੀ ਫੇਰ ਵੀ ਪੁੱਗਦੀ ਹੈ ਮੇਰੀ ਨਜ਼ਰ ਲੱਗ ਗਈ ਬਹੁਤ ਕਮਾਲ ਬਹੁਤ ਹੀ ਪਿਆਰ ਤੇ ਸਤਿਕਾਰ ਬੜੀ ਸੱਚੀ ਅਕਾਲ ਲੇਟ ਹੋ ਗਈ ਅੱਜ ਮੈਂ ਸੋ ਬਿਲਕੁਲ ਦਵਿੰਦਰ ਜੀ ਨਜ਼ਰ ਮੈਨੂੰ ਲੱਗਦਾ ਮੇਰੀ ਵੀ ਲੱਗੀ ਮੈਂ ਵੀ ਮਨ ਚ ਸੋਚ ਰਹੀ ਸੀ ਬਹੁਤ ਸੋਹਣਾ ਗਾ ਰਹੇ ਨੇ ਉਹਦੀ ਜਸਵਿੰਦਰ ਜੀ ਭੁੱਲ ਗਏ ਜਸਵਿੰਦਰ ਜੀ ਵਧੀਆ ਗਾ ਰਹੇ ਨੇ ਭੁੱਲ ਗਏ ਕੋਈ ਗੱਲ ਨਹੀਂ ਬਲਵੀਰ ਸੈਣੀ ਜੀ ਕਹਿ ਰਹੇ ਨੇ ਔਰ ਰਸ਼ਪਾਲ ਜੀ ਦਾ ਮੈਸੇਜ ਆਪਾਂ ਸ਼ਾਮਿਲ ਕੀਤਾ ਕੁਲਵੰਤ ਕੌਰ ਜੀ ਇਟਲੀ ਤੋਂ ਸਾਰੇ ਪ੍ਰੋਗਰਾਮ ਕਿਆ ਬਾਤ ਬੜੇ ਦਿਲ ਪਹੁੰਚੇ ਸ਼ੁਕਰੀਆ ਰਿਸ਼ੂ ਕਟਾਰੀਆ ਜੀ ਗਿੱਦੜ ਬਹਾਦਰ ਸਾਡੇ ਨਾਲ ਸੂਰਜ ਦਰਖਤ ਹਮੇਸ਼ਾ ਇਹਨਾਂ ਦੇ ਨਾਲ ਪਹੁੰਚਦੇ ਨੇ ਗਗਨਦੀਪ ਜੀ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਿਸ਼ੂ ਕਟਾਰੀਆ ਸ਼ਬਦ ਕਟਾਰੀਆ ਗਿੱਦੜ ਬਹਾ ਪੰਜਾਬ ਤੋਂ ਮਨਪ੍ਰੀਤ ਕੌਰ ਪਿੰਡ ਵਾਂਦਰ ਤੋਂ ਬਲਵਿੰਦਰ ਜੀ ਇਟਲੀ ਤੋਂ ਸੁਖਜੀਤ ਸਿੰਘ ਜੀ ਫਰੀਦਕੋਟ ਤੋਂ ਜਸਵਿੰਦਰ ਜੀ ਜਗਸੀਰ ਜੀ ਚੰਦ ਬਾਜਾ ਤੋਂ ਔਰ ਖੁਸ਼ਪ੍ਰੀਤ ਕੌਰ ਜੀ ਦਬੜੀ ਖਾਨਾ ਤੋਂ ਔਰ ਰਾਕੇਸ਼ ਜੀ ਪਰਥ ਆਸਟ੍ਰੇਲੀਆ ਤੋਂ ਤੇ ਬਹੁਤ ਸਾਰੇ ਸਾਡੇ ਸਰੋਤੇ ਜਿਨ੍ਹਾਂ ਦੇ ਨਾਮ ਰਹਿ ਗਏ ਸੁਨੇਹੇ ਰਹਿ ਗਏ ਉਹਨਾਂ ਤੋਂ ਮੈਂ ਮਾਫੀ ਚਾਹੁੰਦੀ ਹਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਸਾਰਿਆਂ ਨਾਲ ਸਾਂਝ ਪਾਵਾਂਗੇ ਫਿਲਹਾਲ ਹੁਣ ਆਪਣਾ ਵੇਲਾ ਹੋਇਆ ਸਮਾਪਤ ਤੇ ਗੁਰਪ੍ਰੀਤ ਚਾਹਲ ਜੀ ਨੇ ਬਿਲਕੁਲ ਤਿਆਰ ਬਰ ਤਿਆਰ ਆਪਣਾ ਪ੍ਰੋਗਰਾਮ ਲੈ ਕੇ ਜੋ ਇਸ ਵੇਲੇ ਤੁਹਾਡੇ ਸਾਰਿਆਂ ਦੇ ਨਾਲ ਸਾਂਝ ਬਣਾਉਣਗੇ ਦਿਓ ਫਿਰ ਗਗਨਦੀਪ ਨੂੰ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਕੱਲ ਫਿਰ ਮਿਲਾਂਗੇ ਕੁਝ ਨਾ ਕੁਝ ਨਵਾਂ ਕੁਝ ਨਾ ਖਾਇਆ ਕੁਝ ਖਾਸ ਬੋਲੀਆਂ ਟੱਪੇ ਮਾਈਏ ਕਰ ਲਿਓ ਫਿਰ ਆਪਣੇ ਨਾਲ ਤਿਆਰ ਸੁਣਾਂਗੇ ਕੱਲ ਤੇ ਹੁਣ ਦਿਓ ਇਜਾਜ਼ਤ।